ਹੇ ਗੁਰੂ ਧੰਨ ਵਾਹਿਗੁਰੂ ਸਾਹਿਬ ਜੀ ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾਂ ਧਨ ਸੁਹਾਗਨ ਜੋ ਪ੍ਰਭੂ ਪਛਾਨੈ ਮਾਨੈ ਹੁਕਮ ਤਜੈ ਅਭਿਮਾਨੈ ਪ੍ਰੇ ਸਿਓ ਰਾਤੀ ਰਲੀਆ ਮਾਨੈ ਧਨ ਸੁਹਾਗਨ ਜੋ ਪ੍ਰਭੂ ਪਛਾਨੈ ਮਾਨੈ ਹੁਕਮ ਤਜੈ ਅਭਿਮਾਨੈ ਪ੍ਰੇ ਸਿਓ ਰਾਤੀ ਰਲੀਆ ਮਾਨੈ ਸੁਨ ਸਖੀਏ ਪ੍ਰਭ ਮਿਲਨ ਨਿਸਾਨੀ ਮਨ ਤਨ ਅਰਪ ਤਜ ਲਾਜ ਲੋਕਾਨੀ ਰਹਾਉ ਸਖੀ ਸਹੇਲੀ ਕਉ ਸਮਝਾਵੈ ਸੋਈ ਕਮਾਵੈ ਜੋ ਪ੍ਰਭ ਪਾਵੈ ਸਾ ਸੁਹਾਗਣ ਅੰਕ ਸਮਾਵੈ ਗਰਭ ਗਹੇਲੀ ਮਹਿਲ ਨਾ ਪਾਵੈ ਫਿਰ ਪਛੁਤਾਵੈ ਜਬ ਰੈਣ ਬਿਹਾਵੈ
करमहीना मन मुख दुख पावे बिनो करी जे जाना दूर प्रभ अविनाशी रहया परपूर जन नानक गावे देख हदूर बिनो करी जे जाना दूर प्रभ अविनाशी रहया परपूर जन नानक गावे देख हदूर वाहेगुरु जी का खालसा वाहेगुरु जी की फतेह। सर्वरे कैनात वालिए कुल आलम गुरता गद्दी दे मालक चावर शतर तखत सिंघासन दे मालक कृपा सिंध धन 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 सतगुरु श्री गुरु ग्रंथ साहिब महाराज जी दी पावन पवित्र गोद अंदर धन धन सतगुरु गुरु रामदास सच्चे पातशाह सोढ़ी सुल्तान सतगुरां दे पावन पवित्र अस्थान डिठे सबे थाव नहीं तुद जेहया बद्धो पुरख विधाते तहां तू सोहया। सचखंड श्री हरिमंदर साहिब दे दर्शन दीदारियां नूं दूरां नेड़ियां तो चल करके ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾ ਰਹੀ ਹਾਜ਼ਰੀਨ ਸਾਧ ਸੰਗਤ ਅਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ PTC ਚੈਨਲ ਦੇ ਮਾਧਿਅਮ ਰਾਹੀਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਆਏ ਅੰਮ੍ਰਿਤ ਵੇਲੇ ਮੁੱਖ ਵਾਕ ਨੂੰ ਆਪ ਜੀਆਂ ਨੇ ਸਰਵਣ ਕੀਤਾ ਹੈ। ਪਵਿੱਤਰ ਮੁੱਖ ਵਾਕ ਦੀ ਕਥਾ ਸਰਵਣ ਕਰਨ ਵਾਸਤੇ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਆਪ ਜੀ ਸਭਾਏਮਾਨ ਹੋ ਪਾਵਨ ਪਵਿੱਤਰ ਹੁਕਮਨਾਮਾ ਸੂਹੀ ਰਾਗਣੀ ਅੰਦਰ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਵੱਲੋਂ ਬਖਸ਼ਿਸ਼ ਕੀਤਾ ਹੋਇਆ ਸਤਿਗੁਰਾਂ ਨੇ ਮਰਾਮਤ ਕਰਕੇ ਤਰਸ ਕਰਕੇ ਸਾਡੀ ਝੋਲੀ ਪਾਇਆ ਹੈ। ਸਾਧ ਸੰਗਤ ਅੱਜ ਦੇ ਇਸ ਪਾਵਨ ਹੁਕਮਨਾਮੇ ਅੰਦਰ ਸਾਹਿਬਾਂ ਨੇ ਸੁਹਾਗਣ ਦੀ ਜੀਵ ਰੂਪੀ ਇਸਤਰੀ ਸੁਹਾਗਣ ਦੀ ਤੇ ਇੱਕ ਦੁਹਾਗਣ ਹੈ ਇਹਨਾਂ ਦੋਨਾਂ ਦੀ ਹਾਲਤ ਬਿਆਨ ਕੀਤੀ ਹੈ।
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਦੋਂ ਬਾਣੀ ਪੜ੍ਹੀਏ, ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਇਸ ਜੱਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸੁਬਾਈ। ਪੁਰਖ ਕੇਵਲ ਇੱਕ ਵਾਹਿਗੁਰੂ ਪਰਮਾਤਮਾ ਹੈ, ਅਸੀਂ ਸਾਰੇ ਉਸ ਦੀਆਂ ਜੀਵ ਰੂਪੀ ਇਸਤਰੀਆਂ ਹਾਂ, ਪਰ ਇਹਨਾਂ ਜੀਵ ਰੂਪੀ ਇਸਤਰੀਆਂ ਦੇ ਵਿੱਚ ਕੁਝ ਕੁ ਜੀਵ ਰੂਪੀ ਇਸਤਰੀਆਂ ਸੁਹਾਗਣਾਂ ਨੇ ਅਤੇ ਕੁਝ ਕੁ ਦੁਹਾਗਣਾਂ ਨੇ। ਗੁਰਬਾਣੀ ਜਦੋਂ ਪੜ੍ਹੀਏ, ਇੱਥੇ ਜਿੱਥੇ ਦੁਹਾਗਣ ਦੀ ਗੱਲ ਕੀਤੀ, ਸੁਹਾਗਣ ਦੀ ਗੱਲ ਕੀਤੀ ਹੈ, ਉੱਥੇ ਸਤਿਗੁਰਾਂ ਨੇ ਸੁਲੱਖਣੀ ਅਤੇ ਦੂਸਰੇ ਬੰਨੇ ਕੁਲੱਖਣੀ ਦੀ ਵੀ ਗੱਲ ਕੀਤੀ ਹੈ। ਦੋ ਤਰ੍ਹਾਂ ਦੀਆਂ ਇਸਤਰੀਆਂ ਨੇ, ਚਾਹੇ ਜੀਵ ਰੂਪੀ ਇਸਤਰੀਆਂ ਲਾ ਲਓ, ਚਾਹੇ ਸੰਸਾਰਕ ਤੌਰ 'ਤੇ ਲਾ ਲਓ। ਸੁਹਾਗਣੀਆਂ ਉਹ ਨੇ ਜਿਹੜੀਆਂ ਆਪਣੇ ਵਾਹਿਗੁਰੂ ਪਰਮਾਤਮਾ ਦੇ ਨਾਲ ਓਤਪੋਤ ਹੋਈਆਂ ਨੇ ਔਰ ਆਪਣੇ ਵਾਹਿਗੁਰੂ ਪਰਮਾਤਮਾ ਦੇ ਹੁਕਮ ਵਿੱਚ ਰਹਿ ਕਰਕੇ, ਉਹਦੀ ਆਗਿਆ ਵਿੱਚ ਰਹਿ ਕਰਕੇ ਉਹਦੀ ਸੇਜਾ ਦਾ ਆਨੰਦ ਮਾਣਦੀਆਂ। ਦੁਹਾਗਣੀਆਂ ਉਹ ਨੇ ਜਿਹੜੀਆਂ ਆਪਣੇ ਪਤੀ ਦੇ ਨਾਲੋਂ ਵਿਛੜ ਕਰਕੇ ਦੂਸਰੇ ਪਾਸੇ ਤੁਰੀਆਂ ਫਿਰਦੀਆਂ ਨੇ, ਦੁਵੈਸ਼ ਭਾਵ ਦੇ ਵਿੱਚ ਤੁਰੀਆਂ ਫਿਰਦੀਆਂ ਨੇ, ਉਹ ਦੁਹਾਗਣੀਆਂ ਨੇ। ਸਤਿਗੁਰਾਂ ਨੇ ਸੁਹਾਗਣੀਆਂ ਦੀ ਵੀ ਗੱਲ ਕੀਤੀ ਹੈ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ, ਸੁਹਾਗਣੀ ਕਿਆ ਕਰਮ ਕਮਾਇਆ, ਸੁਹਾਗਣੀਆਂ ਨੇ ਐਸਾ ਕਿਹੜਾ ਕਰਮ ਕੀਤਾ ਹੈ ਕਿ ਜਿਹਦੇ ਨਾਲ ਉਹ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਦੇ ਵਿੱਚ ਓਤ ਪੋਤ ਹੋ ਗਈਆਂ, ਉਹਦੇ ਆਨੰਦ ਦੇ ਵਿੱਚ ਮਗਨ ਹੋ ਗਈਆਂ। ਅਤੇ ਸੱਚੇ ਪਾਤਸ਼ਾਹ ਅਗਲੀ ਪੰਕਤੀ ਅੰਦਰ ਦੱਸਦੇ ਨੇ, ਪੂਰਬ ਲਿਖਿਆ ਫਲ ਪਾਇਆ। ਉਹਨਾਂ ਨੇ ਪੂਰਬਲੇ ਜਨਮਾਂ ਦੇ ਚੰਗੇ ਸੰਸਕਾਰਾਂ ਦਾ ਕਰਕੇ, ਚੰਗੇ ਕਰਮਾਂ ਦਾ ਕਰਕੇ ਉਹਨਾਂ ਨੇ ਆਪਣੇ ਵਾਹਿਗੁਰੂ ਪਰਮਾਤਮਾ ਨੂੰ ਪ੍ਰਾਪਤ ਕੀਤਾ ਹੈ। ਦੂਸਰੇ ਪਾਸੇ ਦੁਹਾਗਣੀ ਹੈ, ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਦੁਹਾਗਣੀ ਕਿਆ, ਦੁਹਾਗਣੀਆਂ ਦੀਆਂ ਕਿਹੜੀਆਂ ਨਿਸ਼ਾਨੀਆਂ ਨੇ, ਦੁਹਾਗਣੀ ਕਿਆ ਨਿਸ਼ਾਨੀਆਂ, ਖਸਮੋ ਕੁੱਥੀਆਂ ਫਿਰੇ ਨਿਮਾਣੀਆਂ। ਜਿਹੜੀਆਂ ਦੁਹਾਗਣੀਆਂ ਨੇ ਉਹਨਾਂ ਦੀ ਨਿਸ਼ਾਨੀ ਕੀ ਹੈ, ਉਹ ਆਪਣੇ ਖਸਮ ਦੇ ਨਾਲੋਂ ਕੁੱਥੀਆਂ ਪਾਪ ਵਿਛੜੀਆਂ ਹੋਈਆਂ ਨੇ। ਸੋ ਦੋ ਤਰ੍ਹਾਂ ਦੀ ਇਸਤਰੀ ਦੀ ਅੱਜ ਸੁਹਾਗਣ ਦੀ ਅਤੇ ਦੁਹਾਗਣ ਦੀ ਗੱਲ ਕੀਤੀ ਹੈ। ਦੋ ਜਗਿਆਸੂ ਜੀਵ ਰੂਪੀ ਇਸਤਰੀਆਂ ਦਾ ਸੰਵਾਦ ਵੀ ਅੱਜ ਦੇ ਹੁਕਮਨਾਮੇ ਵਿੱਚ ਆਪ ਜੀਆਂ ਨੇ ਸਰਵਣ ਕੀਤਾ ਹੈ। ਸਾਧ ਸੰਗਤ ਜਿਹੜੇ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਨਾਲੋਂ ਟੁੱਟ ਜਾਂਦੇ ਨੇ, ਉਹਨਾਂ ਦੇ ਬਾਬਤ ਸਤਿਗੁਰੂ ਜੀ ਉਹਨਾਂ ਨੂੰ ਦੁਹਾਗਣ ਕਹਿੰਦੇ ਨੇ। ਉਹਨਾਂ ਦੀ ਦਸ਼ਾ ਭਾਈ ਗੁਰਦਾਸ ਜੀ ਨੇ ਆਪਣੇ ਕਵਿਤ ਸਵਈਆਂ ਅੰਦਰ ਵੀ ਬਖਸ਼ਿਸ਼ ਕੀਤੀ ਹੈ। ਭਾਈ ਗੁਰਦਾਸ ਜੀ ਕਹਿੰਦੇ, ਪੂਸ਼ਿਤ ਪਥਕ ਤਹਿ ਮਾਰਗ ਨਾ ਧਾਰੈ ਪਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਐ। ਕਹਿੰਦੇ ਰਸਤਾ ਪੁੱਛਦੇ ਨੇ ਸਾਰੇ, ਪਰ ਰਸਤੇ ਦੇ ਉੱਪਰ ਇੱਕ ਵੀ ਪੈਰ ਕਦਮ ਨਹੀਂ ਰੱਖਿਆ ਚੱਲਣ ਵਾਸਤੇ। ਸੁਪੋਜ਼ ਕਰੋ ਅਸੀਂ ਅੰਮ੍ਰਿਤਸਰ ਸਾਹਿਬ ਆਉਣਾ ਅਤੇ ਅਸੀਂ ਬਾਹਰ ਖਲੋਤੇ ਕਿਸੇ ਦੂਸਰੇ ਸ਼ਹਿਰ ਵਿੱਚ ਅੰਮ੍ਰਿਤਸਰ ਸਾਹਿਬ ਦਾ ਰਸਤਾ ਪੁੱਛੀ ਜਾਈਏ ਅਤੇ ਚੱਲੀਏ ਇੱਕ ਕਦਮ ਵੀ ਨਾਲ, ਜਿੰਨੇ ਰਾਹੀ ਆਉਣ ਉਹਨਾਂ ਦੇ ਕੋਲੋਂ ਅਸੀਂ ਰਸਤਾ ਹੀ ਪੁੱਛੀ ਜਾਈਏ ਅਤੇ ਇੱਕ ਕਦਮ ਵੀ ਚੱਲੀਏ ਨਾ, ਅਤੇ ਕਦੀ ਗੁਰੂ ਦੀ ਨਗਰੀ ਵਿੱਚ ਨਹੀਂ ਪਹੁੰਚ ਸਕਾਂਗੇ। ਪੁਸ਼ਤ ਪਥਕ ਤਹਿ ਮਾਰਗ ਨਾ ਧਾਰੈ ਪਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਐ। ਭਾਈ ਗੁਰਦਾਸ ਜੀ ਨੇ ਅਗਲਾ ਪ੍ਰਮਾਣ ਦਿੱਤਾ ਹੈ, ਕਹਿੰਦੇ ਪੂਸ਼ਿਤ ਹੈ ਬੈਦ ਖਾਤ ਔਖਦ ਨਾ ਸੰਜਮ ਸਹਿ।
ਕਹਿੰਦੇ ਵੈਦ ਦੇ ਕੋਲੋਂ ਗਿਆ ਦਵਾਈ ਲਈ ਕਿ ਮੈਨੂੰ ਫਲਾਣਾ ਰੋਗ ਲੱਗਾ। ਵੈਦ ਨੇ ਦਵਾਈ ਵੀ ਦਿੱਤੀ ਤੇ ਨਾਲ ਪਰਹੇਜ ਵੀ ਦੱਸਿਆ, ਸੰਜਮ ਵੀ ਦੱਸਿਆ ਕਿ ਇਸ ਚੀਜ਼ਾਂ ਦਾ ਪਰਹੇਜ ਕਰਨਾ, ਇਹਨੂੰ ਸੰਜਮ ਦੇ ਨਾਲ ਖਾਣਾ। ਧੰਨ ਭਾਈ ਗੁਰਦਾਸ ਜੀ ਜੋ ਮਹਾਨ ਕਿਰਪਾ ਕਰਕੇ ਸਾਨੂੰ ਪਰਮਾਰਥ ਦਾ ਰਸਤਾ ਦੱਸ ਰਹੇ ਨੇ। ਪੁਸ਼ਤ ਹੈ ਵੈਦ ਖਾਤ ਔਖਦ ਨ ਸੰਜਮ ਸਹਿ, ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈਏ। ਕਹਿੰਦੇ ਰੋਗ ਕਿਵੇਂ ਮਿਟੇਗਾ ਜਦੋਂ ਸੰਜਮ ਦੇ ਨਾਲ ਵੈਦ ਦੀ ਦਿੱਤੀ ਹੋਈ ਦਵਾਈ ਨੂੰ ਖਾਧਾ ਨਹੀਂ। ਵੈਦ ਨੇ ਜੋ ਪਰਹੇਜ ਦੱਸਿਆ ਸੀ ਖੱਟੀਆਂ ਤਲੀਆਂ ਚੀਜ਼ਾਂ ਦਾ, ਉਹਦੇ ਵੱਲੋਂ ਪਰਹੇਜ ਨਹੀਂ ਕੀਤਾ ਤੇ ਕਹਿੰਦੇ ਕਿਵੇਂ ਰੋਗ ਮਿਟੇਗਾ, ਰੋਗ ਨਹੀਂ ਮਿਟ ਸਕਦਾ, ਸੁਖ ਪ੍ਰਾਪਤ ਨਹੀਂ ਹੋ ਸਕਦਾ। ਅਗਲੀ ਪੰਕਤੀ, ਪੁਸ਼ਤ ਸੁਹਾਗਣ ਕਰਮ ਦੁਹਾਗਣ ਕਹਿ, ਸੁਹਾਗਣਾ ਨੂੰ ਪੁੱਛਦੀ ਹੈ, ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ। ਸੁਹਾਗਣਾ ਨੂੰ ਪੁੱਛਦੀ ਤੁਸੀਂ ਆਪਣੇ ਪਤੀ ਨੂੰ ਕਿਵੇਂ ਰਿਝਾ ਲਿਆ ਆਪਣੇ ਤੇ, ਕਿਵੇਂ ਖੁਸ਼ ਕੀਤਾ। ਅੱਗੋਂ ਜਵਾਬ ਮਿਲਿਆ, ਸਹਿਜ ਸੰਤੋਖ ਸ਼ਿੰਗਾਰੀਆ ਮਿੱਠਾ ਬੋਲਣੀ, ਇਹ ਸੁਹਾਗਣੀ ਦੀਆਂ ਨਿਸ਼ਾਨੀਆਂ ਨੇ। ਕਹਿੰਦੇ ਪੁੱਛਦੀ ਸੁਹਾਗਣਾ ਨੂੰ ਹੈ ਕਿ ਤੁਸੀਂ ਆਪਣੇ ਪਤੀ ਦੀ ਸੇਜਾ ਦਾ ਆਨੰਦ ਕਿਵੇਂ ਮਾਣਦੀਆਂ ਹੋ, ਪਰ ਕਰਮ ਦੁਹਾਗਣ ਕਹਿ, ਕਰਮ ਸਾਰੇ ਦੁਹਾਗਣਾ ਵਾਲੇ ਨੇ। ਦੁਹਾਗਣਾ ਕੌਣ ਨੇ, ਜਿਨ੍ਹਾਂ ਨੂੰ ਸਤਿਗੁਰਾਂ ਨੇ ਛੁੱਟੜ ਵੀ ਗੁਰਬਾਣੀ ਅੰਦਰ ਲਿਖਿਆ, ਵਾਹਿਗੁਰੂ ਪਰਮਾਤਮਾ ਦੇ ਚਰਨਾਂ ਦੇ ਨਾਲੋਂ ਟੁੱਟੇ ਹੋਏ ਮਨੁੱਖ ਦੀ ਹਾਲਤ ਉਸ ਛੁੱਟੜ ਔਰਤ ਵਰਗੀ ਹੈ ਜੋ ਛੁੱਟੜ ਘਰ ਘਰ ਫਿਰੈ ਦੋਹ ਚਾਰਨ ਵਦਨਾਮ, ਜਿਹੜੀ ਆਪਣੇ ਪਤੀ ਦੇ ਨਾਲ ਵੱਲੋਂ ਫਟਕਾਰੀ ਗਈ ਹੈ। ਭਾਈ ਗੁਰਦਾਸ ਜੀ ਕਹਿੰਦੇ ਪੁਸ਼ਤ ਸੁਹਾਗਣ ਕਰਮ ਦੁਹਾਗਣ ਕਹਿ, ਹਿਰਦੇ ਵਿਵਚਾਰ ਕਤ ਸਿਹ ਜਾ ਬੁਲਾਈਏ। ਦੁਹਾਗਣਾ ਵਾਲੇ ਕਰਮ ਕੀ ਨੇ, ਹਿਰਦੇ ਦੇ ਵਿੱਚ ਵਿਵਚਾਰੀ ਬਿਰਤੀ ਹੈ, ਕੁਕਰਮਾਂ ਵਾਲੀ ਬਿਰਤੀ ਹੈ। ਕਹਿੰਦੇ ਉਹਨੂੰ ਵਾਹਿਗੁਰੂ ਪਰਮਾਤਮਾ ਕਦੀ ਆਪਣੀ ਸੇਜਾ ਤੇ ਨਹੀਂ ਬੁਲਾ ਸਕਦਾ। ਫਿਰ ਅਖੀਰਲੀ ਪੰਕਤੀ ਵਿੱਚ ਧੰਨ ਭਾਈ ਗੁਰਦਾਸ ਜੀ ਆਣ ਕੇ ਜਿੱਥੇ ਸਾਨੂੰ ਬਖਸ਼ਿਸ਼ ਕਰਕੇ ਅਸਲੀ ਉਪਦੇਸ਼ ਦੇਣਾ ਚਾਹੁੰਦੇ ਨੇ, ਇਹ ਤਾਂ ਪ੍ਰਮਾਣ ਦਿੱਤੇ ਨੇ। ਭਾਈ ਗੁਰਦਾਸ ਜੀ ਨੇ ਇੱਕ ਰਾਹੀ ਦਾ ਪ੍ਰਮਾਣ ਦਿੱਤਾ ਹੈ, ਵੈਦ ਦਾ ਔਰ ਮਰੀਜ਼ ਦਾ ਪ੍ਰਮਾਣ ਦਿੱਤਾ ਹੈ, ਉੱਥੇ ਸੁਹਾਗਣ ਤੇ ਦੁਹਾਗਣ ਦਾ ਪ੍ਰਮਾਣ ਦੇ ਕੇ ਅਖੀਰਲੀ ਪੰਕਤੀ ਵਿੱਚ ਸਾਨੂੰ ਸਮਝਾਉਂਦੇ, ਗਾਏ ਸੁਣੈ ਆਖੈ ਮੀਚੈ ਪਾਈਏ ਨਾ ਪਰਮ ਪਦ। ਕਹਿੰਦੇ ਅੱਖਾਂ ਮੀਚ ਕੇ ਕਹਿੰਦੇ ਗਾਉਣ ਸੁਣਨ ਦੇ ਨਾਲ ਪਰਮ ਪਦ ਦੀ ਪ੍ਰਾਪਤੀ ਨਹੀਂ ਹੋ ਜਾਂਦੀ। ਇੱਕ ਹੋਰ ਕਵਿਤ ਭਾਈ ਗੁਰਦਾਸ ਜੀ ਦਾ ਮੈਨੂੰ ਯਾਦ ਆ ਗਿਆ, ਭਾਈ ਗੁਰਦਾਸ ਜੀ ਕਹਿੰਦੇ ਤੁਹਾਨੂੰ ਮਿੱਠਾ ਖਾਣ ਦੀ ਚਾਹਤ ਹੋਵੇ ਤੇ ਜਿੰਨਾ ਚਿਰ ਤੁਸੀਂ ਮਿੱਠਾ ਨਾ ਖਾਓਗੇ ਤੁਹਾਨੂੰ ਮਿਠਾਸ ਪ੍ਰਾਪਤ ਨਹੀਂ ਹੋਣੀ। ਕਹਿੰਦੇ ਖਾਂਡ ਖਾਂਡ ਕਹੈ ਜੇਬਾ ਨਾ ਸਵਾਦ ਮਿੱਠੋ ਆਵੈ। ਕਹੀ ਚੱਲੋ ਖੰਡ ਖੰਡ ਸ਼ੱਕਰ ਦਾ ਨਾਮ ਲਈ ਚੱਲੋ, ਗੁੜ ਗੁੜ ਕਹੀ ਚੱਲੋ ਤੇ ਗੁੜ ਨੂੰ ਖਾਓਗੇ ਨਾ ਤੇ ਉਹਨਾਂ ਚਿਰ ਉਹਦਾ ਰਸ ਪ੍ਰਾਪਤ ਨਹੀਂ ਹੋਵੇਗਾ, ਤੁਸੀਂ ਰਸ ਨਹੀਂ ਮਾਣ ਸਕਦੇ। ਕਹਿੰਦੇ ਖਾਂਡ ਖਾਂਡ ਕਹੈ ਜੇਬਾ ਨਾ ਸਵਾਦ ਮਿੱਠੋ ਆਵੈ, ਅਗਨ ਅਗਨ ਕਹੈ ਸੀਤ ਨਾ ਬਿਨਾਸ ਹੈ। ਸਿਆਲ ਦਾ ਦਿਨ ਹੋਵੇ ਅੱਗ ਕੋਈ ਬਾਲੋ ਨਾ ਤੇ ਅੱਗ ਦਾ ਨਾਂ ਲਈ ਚੱਲੋ, ਉਹਦੀ ਮਾਲਾ ਫੜ ਕੇ ਜਪੀ ਚੱਲੋ ਅੱਗ ਅੱਗ ਅੱਗ। ਕਹਿੰਦੇ ਠੰਡ ਤੇ ਦੂਰ ਨਹੀਂ ਨਾ ਉਹ ਚੱਲੀ ਜਿੰਨਾ ਚਿਰ ਅੱਗ ਦੇ ਲਾਗੇ ਨਹੀਂ ਜਾਓਗੇ। ਕਹਿੰਦੇ ਅਗਨ ਅਗਨ ਕਹੈ ਸੀਤ ਨਾ ਬਿਨਾਸ ਹੈ,
ਬੈਦ ਬੈਦ ਕਹੈ ਰੋਗ ਮਿਟਤ ਨਾ ਕਾਹੂ ਕੋ। ਕਿਸੇ ਨੂੰ ਕੋਈ ਬੁਖਾਰ ਚੜਿਆ ਹੋਵੇ, ਰੱਬ ਨਾ ਕਰੇ ਕੋਈ ਸਰੀਰਕ ਪ੍ਰੋਬਲਮ ਆ ਜਾਵੇ, ਡਾਕਟਰ ਕੋਲ ਜਾਓ ਨਾ, ਘਰ ਬੈਠੇ ਡਾਕਟਰ ਦੇ ਨਾਮ ਦੀ ਮਾਲਾ ਜਪਣ ਲੱਗ ਪਓ ਤੇ ਕਹਿੰਦੇ ਰੋਗ ਤੇ ਦੂਰ ਨਹੀਂ ਨਾ ਹੋ ਜਾਂਦਾ। ਜਿੰਨਾ ਚਿਰ ਵੈਦ ਕੋਲ ਜਾਓਗੇ ਨਹੀਂ, ਡਾਕਟਰ ਕੋਲ ਜਾਓਗੇ ਨਹੀਂ। ਕਹਿੰਦੇ ਵੈਦ ਵੈਦ ਕਹੈ ਰੋਗ ਮਿਟਤ ਨਾ ਕਾਹੂ ਕੋ, ਦਰਬ ਦਰਬ ਕਹੈ ਕੋ ਦਰਬ ਨਾ ਵਿਲਾਸ ਹੈ। ਇਹ ਧੰਨ ਭਾਈ ਗੁਰਦਾਸ ਜੀ ਨੇ ਸਾਨੂੰ ਕਲਯੁਗੀ ਜੀਵਾਂ ਨੂੰ ਪਰਮਾਰਥ ਦਾ ਰਸਤਾ ਦੱਸਣ ਵਾਸਤੇ ਇਹ ਸਾਰੀ ਬਾਣੀ ਉਚਾਰੀ ਹੈ। ਭਾਈ ਗੁਰਦਾਸ ਜੀ ਕਹਿੰਦੇ ਦਰਬ ਦਰਬ ਕਹੈ ਕੋ ਦਰਬ ਨਾ ਵਿਲਾਸ ਹੈ। ਕੰਗਾਲ ਮਨੁੱਖ ਦੇ ਲਾਗੇ, ਆ ਭਿਖਾਰੀ ਬਥੇਰੇ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ, ਕਿਸੇ ਭਿਖਾਰੀ ਦੇ ਲਾਗੇ ਬੈਠ ਕੇ ਤੁਸੀਂ ਕਹੀ ਜਾਓ ਕਿ ਤੂੰ ਬੜਾ ਵੱਡਾ ਰਾਜਾ ਹੈ, ਤੂੰ ਬੜਾ ਵੱਡਾ ਧਨਵਾਨ ਹੈ, ਤੇਰੇ ਕੋਲ ਬੜੀ ਮਾਇਆ ਹੈ, ਉਹਦੇ ਕੋਲ ਮਾਇਆ ਵਾਲਾ ਧਨਵਾਨ ਤੇ ਨਹੀਂ ਨਾ ਬਣ ਜਾਵੇਗਾ ਸਾਡੇ ਕਹਿਣ ਦੇ ਨਾਲ, ਕੇਵਲ ਕਹਿਣ ਦੇ ਨਾਲ ਨਹੀਂ। ਭਾਈ ਗੁਰਦਾਸ ਜੀ ਕਹਿੰਦੇ ਦਰਬ ਦਰਬ ਕਹੈ ਕੋ ਦਰਬ ਨਾ ਬਿਲਾਸ ਹੈ, ਚੰਦਨ ਚੰਦਨ ਕਹਿਤ ਪ੍ਰਗਟੈ ਨਾ ਸੁਬਾਸ ਬਾਸ। ਜਿਹੜੀਆਂ ਦੁਹਾਗਣਾਂ ਨੇ ਉਹ ਕੇਵਲ ਘਰ ਬੈਠੀਆਂ ਮਾਲਾ ਜਪਦੀਆਂ ਨੇ, ਕੇਵਲ ਡਾਕਟਰ ਦਾ ਨਾਮ ਲੈਂਦੀਆਂ ਨੇ, ਡਾਕਟਰ ਕੋਲ ਜਾਂਦੀਆਂ ਨਹੀਂ, ਗੁਰੂ ਵੈਦ ਕੋਲ ਜਾਂਦੀਆਂ ਨਹੀਂ। ਜੀਵ ਰੂਪੀ ਇਸਤਰੀਆਂ ਜਿਹੜੀਆਂ ਵਿਛੜੀਆਂ ਹੋਈਆਂ ਨੇ, ਉਹ ਕੇਵਲ ਰਸਨਾ ਤੋਂ ਜ਼ਬਾਨ ਤੋਂ ਜਾਪੀ ਰਹੀਆਂ ਨੇ, ਹਿਰਦੇ ਤੋਂ ਵਾਹਿਗੁਰੂ ਪਰਮਾਤਮਾ ਦੇ ਕੋਲ ਜਾਣ ਦੀ ਕੋਸ਼ਿਸ਼ ਨਹੀਂ ਕਰਦੀਆਂ। ਚੰਦਨ ਚੰਦਨ ਕਹਿਤ ਪ੍ਰਗਟੈ ਨਾ ਸੁਬਾਸ ਬਾਸ। ਕਹਿੰਦੇ ਚੰਦਨ ਦਾ ਦਰਖਤ ਹੈ ਨਾ, ਚੰਦਨ ਦੀ ਲੱਕੜ ਹੈ ਜਿਹੜੀ ਖੁਸ਼ਬੂ ਦਿੰਦੀ ਹੈ। ਚੰਦਨ ਦੇ ਲਾਗੇ ਨਾ ਜਿੰਨਾ ਚਿਰ ਜਾਓ, ਚੰਦਨ ਦਾ ਨਾਮ ਲੈਣ ਦੇ ਨਾਲ ਗੁਰਮੁਖੋ ਸੁਗੰਧੀ ਪ੍ਰਾਪਤ ਨਹੀਂ ਹੋਣੀ, ਚੰਦਨ ਦੇ ਲਾਗੇ ਜਾਣਾ ਪੈਣਾ। ਗੁਰੂ ਦੇ ਚਰਨ ਵੀ ਇੱਕ ਚੰਦਨ ਦੀ ਤਰ੍ਹਾਂ ਨੇ। ਸਿੱਖਾ, ਜੇ ਗੁਰੂ ਦੇ ਚਰਨਾਂ ਦੀ ਸੁਗੰਧੀ ਲੈਣੀ ਹੈ ਤੇ ਗੁਰੂ ਦੇ ਚਰਨਾਂ ਕੋਲ ਤੈਨੂੰ ਚੱਲ ਕੇ ਜਾਣਾ ਪਵੇਗਾ, ਗੁਰੂ ਦੇ ਦਰਬਾਰ ਅੰਦਰ ਤੈਨੂੰ ਜਾਣਾ ਪਵੇਗਾ। ਭਾਈ ਗੁਰਦਾਸ ਜੀ ਕਹਿੰਦੇ ਚੰਦਨ ਚੰਦਨ ਕਹਿਤ ਪ੍ਰਗਟੈ ਨਾ ਸੁਬਾਸ ਬਾਸ, ਚੰਦ ਚੰਦ ਕਹੈ ਉਜਿਆਰੋ ਨਾ ਪ੍ਰਗਾਸ ਹੈ। ਮੱਸਿਆ ਦੀ ਰਾਤ ਨੂੰ ਤੁਸੀਂ ਚੰਦਰਮਾ ਦਾ ਨਾਮ ਲਈ ਜਾਓ ਕਿ ਬੜੀ ਚੰਦਰਮਾ ਦੀ ਚਾਨਣੀ ਹੈ, ਕਹਿਣ ਦੇ ਨਾਲ ਚਾਨਣ ਤੇ ਨਹੀਂ ਨਾ ਹੋ ਜਾਣਾ। ਚੰਦਰਮਾ ਚੜ੍ਹੇਗਾ ਪੁੰਨਿਆ ਦੀ ਰਾਤ ਨੂੰ, ਪੂਰਾ ਚੰਦਰਮਾ ਚੜ੍ਹੇਗਾ ਤੇ ਫਿਰ ਚੰਦਰਮਾ ਦਾ ਪ੍ਰਕਾਸ਼ ਹੋਵੇਗਾ। ਕਹਿੰਦੇ ਚੰਦਨ ਚੰਦਨ ਕਹਿਤ ਪ੍ਰਗਟੈ ਨਾ ਸੁਬਾਸ ਬਾਸ, ਚੰਦ ਚੰਦ ਕਹੈ ਉਜਿਆਰੋ ਨਾ ਪ੍ਰਗਾਸ ਹੈ। ਕਹਿੰਦੇ ਚੰਦਰਮਾ ਦਾ ਨਾਮ ਲੈਣ ਦੇ ਨਾਲ ਪ੍ਰਕਾਸ਼ ਨਹੀਂ ਹੋ ਜਾਣਾ ਤੇ ਉਹ ਰੋਸ਼ਨੀ ਦੇ ਕੋਲ ਚੱਲ ਕੇ ਜਾਣਾ ਵੀ ਪੈਣਾ। ਇਸੇ ਤਰ੍ਹਾਂ ਕਹਿੰਦੇ ਤੈਸੇ ਗੁਰ ਗਿਆਨ ਕਹਿਤ ਨਾ ਰਹਿਤ ਆਵੈ। ਗੁਰੂ ਦੇ ਗਿਆਨ ਨੂੰ ਕੇਵਲ ਕਹਿਣ ਦੇ ਨਾਲ ਬਖਸ਼ਿਸ਼ ਪ੍ਰਾਪਤ ਨਹੀਂ ਹੋ ਜਾਣੀ, ਕਰਨੀ ਪ੍ਰਧਾਨ ਪਉ ਉਦਤ ਆਕਾਸ਼ ਹੈ। ਜਿੱਥੇ ਕਹਿਣ ਉੱਥੇ ਕਰਨੀ ਵੀ ਆਪਣੀ ਨਾਲ ਪੂਰੀ ਕਰਨੀ ਪੈਣੀ ਹੈ। ਇਸੇ ਕਰਕੇ ਮਹਾਂਪੁਰਖਾਂ ਨੂੰ ਅਸੀਂ ਕਹਿੰਦੇ ਹਾਂ ਨਾ ਕਿ ਰੱਬ ਦੇ ਪਿਆਰੇ ਕਹਿਣੀ ਤੇ ਕਥਨੀ ਦੇ ਪੂਰੇ ਨੇ, ਪਰ ਸਤਿਗੁਰੂ ਜੀ ਦੂਸਰੇ ਪਾਸੇ ਮਨਮੁਖ ਦੀ ਦਸ਼ਾ ਵੀ ਬਿਆਨ ਕਰਦੇ ਨੇ। ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ। ਮਨਮੁਖ ਕੇਵਲ ਕਥਦਾ ਹੈ, ਲੋਕਾਂ ਨੂੰ ਸੁਣਾਉਂਦਾ ਹੈ, ਜਿਉਂ ਨਿਗੁਰਾ ਬਹੁਤ ਬਾਤਾਂ ਜਾਣਾ। ਜਿਵੇਂ ਇੱਕ ਨਿਗੁਰਾ ਮਨੁੱਖ ਗੱਲਾਂ ਬੜੀਆਂ ਕਰਦਾ ਹੈ,
ਉਹ ਤਰਕ ਵਰਗੀ ਭਰੀਆਂ ਗੱਲਾਂ ਕਰੇਗਾ, ਉਹ ਕਿਸੇ ਨੂੰ ਵਾਰੇ ਨਹੀਂ ਆਉਣ ਦੇਵੇਗਾ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਨੇ, ਜਿਵੇਂ ਰਸਨਾ ਤੋਂ ਜੋ ਕਹਿ ਰਿਹਾ, ਧੰਨ ਕਲਗੀਧਰ ਪਾਤਸ਼ਾਹ ਸੱਚੇ ਪਾਤਸ਼ਾਹ ਕਹਿੰਦੇ, ਹਮੂ ਮਰਦ ਬਾਏਦ ਸ਼ਬਦ ਸੁਖਨਵਰ। ਮਰਦ ਉਹ ਹੈ ਜੋ ਉਹਦੇ ਹਿਰਦੇ ਦੇ ਵਿੱਚ ਹੋਵੇ, ਉਹ ਰਸਨਾ ਤੋਂ ਕਹਿ ਰਿਹਾ ਹੋਵੇ। ਇਹ ਨਾ ਹੋਵੇ ਕਿ ਹਿਰਦੇ ਦੇ ਵਿੱਚ ਰਹਿਤ ਅਵਰ ਕਸ਼ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਕੇਵਲ ਉਹਦੇ ਹਿਰਦੇ ਦੇ ਵਿੱਚ ਕੁਝ ਹੋਰ ਚੱਲ ਰਿਹਾ ਹੋਵੇ ਤੇ ਰਸਨਾ ਤੋਂ ਕੁਝ ਹੋਰ ਕਹਿ ਰਿਹਾ ਹੋਵੇ। ਕਲਗੀਧਰ ਪਾਤਸ਼ਾਹ ਜ਼ਫਰਨਾਮੇ ਅੰਦਰ ਬਖਸ਼ਿਸ਼ ਕਰਦੇ, ਹਮੂ ਮਰਦ ਬਾਏਦ ਸ਼ਬਦ ਸੁਖਨਵਰ ਨਾ ਸ਼ਿਕਵੇ ਦਿਗਰ ਦਰ ਦਿਹਾਨੇ ਦਿਗਰ। ਕਹਿੰਦੇ ਜੋ ਰਸਨਾ ਤੋਂ ਬੋਲ ਰਿਹਾ ਉਹਨੇ ਅੰਦਰ ਕਮਾਇਆ ਹੋਵੇ, ਤੇ ਜੋ ਕਮਾਇਆ ਹੋਵੇ ਉਹ ਹੀ ਰਸਨਾ ਦੁਆਰਾ ਪ੍ਰਗਟ ਕਰ ਰਿਹਾ ਹੋਵੇ। ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿੰਦੇ ਗਾਏ ਸੁਣੈ ਆਂਖੈ ਮੀਚੈ ਪਾਈਏ ਨਾ ਪਰਮ ਪਦ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵੀ ਬੜੇ ਇਹਨਾਂ ਦਾ ਖੁੱਲ੍ਹ ਕੇ ਵਰਣਨ ਕਰਦੇ ਨੇ ਦਸਮ ਦੀ ਬਾਣੀ ਅੰਦਰ। ਜਿਹੜੇ ਅੱਖਾਂ ਮੂੰਦ ਕੇ ਅੱਖਾਂ ਬੰਦ ਕਰਕੇ ਲੋਕਾਂ ਨੂੰ ਪਰਮਾਰਥ ਦਾ ਰਸਤਾ ਦੱਸਦੇ ਨੇ ਕਿ ਆਓ ਮੈਂ ਅੱਖਾਂ ਬੰਦ ਕਰ ਲਈਆਂ ਤੇ ਤੁਹਾਨੂੰ ਮੈਂ ਪਰਮਾਰਥ ਦਾ ਰਸਤਾ ਦੱਸਦਾ। ਕਲਗੀਧਰ ਪਾਤਸ਼ਾਹ ਪਤਾ ਕੀ ਕਹਿੰਦੇ ਨੇ, ਸਤਿਗੁਰੂ ਜੀ ਕਹਿੰਦੇ ਆਂਖ ਮੂੰਦ ਜੋ ਡਿੰਬ ਦਿਖਾਵੈ, ਡਿੰਬ ਤੋਂ ਭਾਵ ਕੀ ਹੈ ਪਖੰਡ। ਕਹਿੰਦੇ ਅੱਖਾਂ ਮੂੰਦ ਮੂੰਦ ਕੇ ਜਿਹੜੇ ਲੋਕਾਂ ਨੂੰ ਅੱਜ ਪਖੰਡ ਵਿਖਾਉਂਦੇ ਨੇ ਨਾ, ਅੰਦਰ ਕੀ ਪਦਵੀ ਕਹਿ ਪਾਵੇ। ਅਗਲਾ ਜਨਮ ਉਹਨਾਂ ਨੂੰ ਅੰਨਿਆਂ ਦਾ ਪ੍ਰਾਪਤ ਹੋਣਾ, ਉਹਨਾਂ ਨੂੰ ਅੰਨਿਆਂ ਦੀ ਪਦਵੀ ਪ੍ਰਾਪਤ ਹੋਣੀ ਹੈ। ਕਹਿੰਦੇ ਆਂਖ ਮੂੰਦ ਮਗ ਸੂਝੈ ਨਾਹੀਂ, ਕਹਿੰਦੇ ਅੱਖਾਂ ਬੰਦ ਕਰਕੇ ਰਸਤਾ ਵੀ ਨਹੀਂ ਦਿਸਦਾ ਤੇ ਵਾਹਿਗੁਰੂ ਪਰਮਾਤਮਾ ਦੇ ਰਸਤਾ ਕਿਵੇਂ ਵਿਖਾਲ ਦੇਵੇਗਾ। ਧੰਨ ਕਲਗੀਧਰ ਪਾਤਸ਼ਾਹ ਗਰੀਬ ਨਿਵਾਸ ਸਤਿਗੁਰੂ ਜੀ ਖੁੱਲ੍ਹ ਕੇ ਵਰਣਨ ਕਰਦੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਗਰੀਬ ਨਿਵਾਸ ਸਤਿਗੁਰੂ ਉਸ ਪਖੰਡੀ ਪਾਂਡੇ ਕੋਲ ਗਏ ਜਿਸਨੇ ਅੱਖਾਂ ਮੂੰਦੀਆਂ ਹੋਈਆਂ ਸਨ ਤੇ ਲੋਕਾਂ ਨੂੰ ਪੁਰੀਆਂ ਦਾ ਗਿਆਨ ਦੇ ਰਿਹਾ ਸੀ ਕਿ ਆਓ ਇਸ ਸਮੇਂ ਮੈਂ ਬ੍ਰਹਮ ਦੀ ਪੁਰੀ ਵਿੱਚ ਹਾਂ, ਮੈਂ ਇਸ ਸਮੇਂ ਸ਼ਿਵਪੁਰੀ ਦੇ ਵਿੱਚ ਹਾਂ, ਆਓ ਮੇਰੇ ਕੋਲੋਂ ਟਿਕਟਾਂ ਲੈ ਲਓ ਜਿਹੜੀ ਪੁਰੀ ਦੇ ਵਿੱਚ ਜਾਣਾ। ਲੋਟਾ ਉਹਨੇ ਅੱਗੇ ਰੱਖਿਆ ਹੈ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਨੇ ਲੋਟਾ ਚੁੱਕ ਕੇ ਉਹਦੇ ਪਿਛਲੇ ਪਾਸੇ ਰੱਖ ਦਿੱਤਾ। ਅੱਖਾਂ ਖੁੱਲੀਆਂ, ਜਿਹਦੇ ਵਿੱਚ ਲੋਕੀ ਮਾਇਆ ਪਾਉਂਦੇ ਸਨ, ਬੜਾ ਤਿਲ ਮਿਲਾਇਆ। ਸਤਿਗੁਰਾਂ ਨੇ ਉਹਦਾ ਖੰਡਨ ਕੀਤਾ, ਕਹਿਣ ਲੱਗੇ ਭਾਈ ਅੱਖੀਂ ਤਾਂ ਮੀਟੈ ਨਾਕ ਪਕੜੈ ਸੂਝ ਤੈ ਤਿੰਨ ਲੋ, ਮਗਰ ਪਾਸ਼ੈ ਕਸ਼ ਨਾ ਸੂਝੈ ਇਹੋ ਪਦਮ ਅਲੋ। ਕਹਿੰਦੇ ਪਿੱਛੇ ਪਿਆ ਤੈਨੂੰ ਲੋਟਾ ਨਹੀਂ ਦਿਸ ਰਿਹਾ ਮੂਰਖਾ, ਤੇ ਤੂੰ ਤਿੰਨਾਂ ਲੋਕਾਂ ਦਾ ਲੋਕਾਂ ਨੂੰ ਗਿਆਨ ਕਰਾ ਰਿਹਾ। ਇਸੇ ਕਰਕੇ ਭਾਈ ਗੁਰਦਾਸ ਜੀ ਨੇ ਕਿਹਾ ਹੈ, ਧੰਨ ਭਾਈ ਗੁਰਦਾਸ ਜੀ ਕਹਿੰਦੇ ਗਾਏ ਸੁਣੈ ਆਂਖੈ ਮੀਚੈ, ਇਹ ਹੈ ਦੁਹਾਗਣਾ ਦੀ ਹਾਲਤ। ਸੁਹਾਗਣਾ ਜਿਹੜੀਆਂ ਉਹ ਪਖੰਡ ਨਹੀਂ ਕਰਦੀਆਂ, ਉਹਨਾਂ ਨੂੰ ਪਖੰਡ ਕਰਨ ਦੀ ਲੋੜ ਨਹੀਂ ਕਿਉਂਕਿ ਰਮੀਆਂ ਹੋਈਆਂ ਨੇ। ਗਾਏ ਸੁਣੈ ਆਂਖੈ ਮੀਚੈ ਪਾਈਏ ਨਾ ਪਰਮ ਪਦ, ਗੁਰ ਉਪਦੇਸ਼ ਗਹਿ ਜਉ ਲੋ ਨਾ ਵਸਾਈਏ। ਜਿੰਨਾ ਚਿਰ ਗੁਰੂ ਦਾ ਉਪਦੇਸ਼ ਹਿਰਦੇ ਵਿੱਚ ਵਸਾ ਕੇ ਉਹਦੀ ਕਮਾਈ ਨਹੀਂ ਕਰਾਂਗੇ ਗੁਰਮੁਖੋ, ਪਰਮ ਪਦ ਦੀ ਪ੍ਰਾਪਤੀ ਨਹੀਂ ਹੋ ਜਾਣੀ। ਭਾਈ ਗੁਰਦਾਸ ਜੀ ਨੇ ਅਨੇਕਾਂ ਕਵਿਤ ਜਿਹੜੇ ਨੇ ਗੁਰੂ ਤੋਂ ਟੁੱਟਿਆ ਹੋਇਆਂ ਦੇ ਪ੍ਰਥਾਏ ਉਚਾਰਨ ਕੀਤੇ। ਧੰਨ ਭਾਈ ਗੁਰਦਾਸ ਜੀ ਜਿਨ੍ਹਾਂ ਨੂੰ
ਗੁਰੂ ਘਰ ਵਿੱਚੋਂ ਜਿਨ੍ਹਾਂ ਦੀ ਬਾਣੀ ਨੂੰ, ਜਿਨ੍ਹਾਂ ਦੀਆਂ ਵਾਰਾਂ ਨੂੰ ਕੁੰਜੀ ਦਾ ਖਿਤਾਬ ਮਿਲਿਆ ਗੁਰੂ ਘਰ ਵੱਲੋਂ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ। ਜਿਸ ਸਮੇਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੋਈ ਤੇ ਸਤਿਗੁਰਾਂ ਨੇ ਆਖਿਆ, ਭਾਈ ਗੁਰਦਾਸ ਜੀ ਤੁਸੀਂ ਵੀ ਆਪਣੀ ਬਾਣੀ ਲਿਆਓ ਤੇ ਤੁਹਾਡੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਦਈਏ। ਤੇ ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਇੱਕ ਪਾਸੇ ਉਹ ਭਗਤ ਸਨ ਜਿਹੜੇ ਲਾਹੌਰ ਤੋਂ ਆਏ ਸਨ, ਕਾਨਾ, ਛੱਜੂ, ਸ਼ਾਹ ਹੁਸੈਨ ਤੇ ਪੀਲੂ ਵਰਗੇ, ਉਹ ਕਹਿ ਰਹੇ ਨੇ ਸਾਡੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰੋ। ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਉਹਨਾਂ ਦੇ ਆਸ਼ੇ ਨੂੰ ਸੁਣ ਕੇ ਤੇ ਉਹਨਾਂ ਦੀ ਨੰਗੀ ਬਾਣੀ ਕਹਿ ਕੇ, ਕੱਚੀ ਬਾਣੀ ਕਹਿ ਕੇ ਸਤਿਗੁਰਾਂ ਨੇ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। ਪਰ ਧੰਨ ਭਾਈ ਗੁਰਦਾਸ ਜੀ, ਸਤਿਗੁਰਾਂ ਨੇ ਆਪ ਹੁਕਮ ਕੀਤਾ, ਭਾਈ ਗੁਰਦਾਸ ਜੀ ਲਿਆਓ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਤੁਹਾਡੀ ਬਾਣੀ ਵੀ ਦਰਜ ਕਰ ਦਈਏ। ਤੇ ਗਲ ਵਿੱਚ ਪੱਲਾ ਪਾਇਆ ਤੇ ਨਿਮਰਤਾ ਦੇ ਵਿੱਚ ਹੱਥ ਜੋੜ ਕੇ ਨੈਣ ਕਟੋਰੇ ਦੋਨੇ ਭਰ ਗਏ ਭਾਈ ਗੁਰਦਾਸ ਜੀ ਦੇ, ਗੱਚ ਭਰ ਆਇਆ ਜੀ, ਬੋਲਿਆ ਨਾ ਗਿਆ। ਆਖਿਆ, ਸੱਚੇ ਪਾਤਸ਼ਾਹ ਸੇਵਕ ਨੂੰ ਸੇਵਕ ਦੀ ਜਗ੍ਹਾ ਤੇ ਰਹਿਣ ਦਿਓ, ਤੁਹਾਡੀ ਬਾਣੀ ਨਿਰੰਕਾਰ ਦਾ ਰੂਪ ਹੈ, ਮੇਰੀ ਬਾਣੀ ਜਿਹੜੀ ਉਚਾਰਨ ਕੀਤੀ ਤੁਹਾਡੀ ਬਾਣੀ ਦੀ ਸੇਵਕ ਹੈ। ਸਤਿਗੁਰਾਂ ਨੇ ਖੁਸ਼ ਹੋ ਕੇ, ਪ੍ਰਸੰਨ ਹੋ ਕੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਕੁੰਜੀ ਦਾ ਖਿਤਾਬ ਦਿੱਤਾ ਹੈ, ਕੁੰਜੀ ਦਾ। ਸਾਧ ਸੰਗਤ, ਧੰਨ ਭਾਈ ਗੁਰਦਾਸ ਜੀ, ਗੁਰੂ ਤੋਂ ਟੁੱਟੀਆਂ ਹੋਈਆਂ ਜਿਹੜੀਆਂ ਜੀਵ ਰੂਪੀ ਇਸਤਰੀਆਂ ਨੇ, ਜਿਹੜੀਆਂ ਆਪਣੇ ਮਾਲਕ ਦਾ ਪੱਲਾ ਛੱਡ ਕੇ, ਆਪਣੇ ਮਾਲਕ ਦਾ ਦਰ ਛੱਡ ਕੇ, ਗੁਰਮੁਖੋ ਇੱਕ ਗੱਲ ਯਾਦ ਰੱਖਿਓ, ਜਿਹੜਾ ਸਮਝਦਾ ਹੈ ਨਾ ਕਿ ਮੇਰੀ ਝੋਲੀ ਗੁਰੂ ਰਾਮਦਾਸ ਦੇ ਦਰ ਤੋਂ ਨਹੀਂ ਭਰੀ, ਉਹਦੀ ਝੋਲੀ, ਜਿਹਦੀ ਝੋਲੀ ਧੰਨ ਸ੍ਰੀ ਗੁਰੂ ਰਾਮਦਾਸ ਦੇ ਦਰਬਾਰ ਤੋਂ ਨਹੀਂ ਨਾ ਭਰੀ, ਉਹਦੀ ਭਰਨੀ ਵੀ ਕਿਤੇ ਨਹੀਂ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹਦਾ ਢਿੱਡ ਗੁਰੂ ਨਾਨਕ ਦੇ ਦਰ ਤੋਂ ਨਹੀਂ ਭਰਿਆ, ਉਹ ਜਿੱਥੇ ਮਰਜ਼ੀ ਧੱਕੇ ਖਾ ਆਵੇ, ਉਹਦਾ ਢਿੱਡ ਕਿਤੇ ਨਹੀਂ ਭਰਨਾ, ਉਹਨੇ ਭੁੱਖੇ ਦਾ ਭੁੱਖਾ ਹੀ ਰਹਿਣਾ, ਉਹਨੇ ਰੋਂਦੇ ਰਹਿਣਾ। ਤੇ ਜਿਹਦਾ ਇੱਥੋਂ ਢਿੱਡ ਭਰ ਗਿਆ, ਸੱਚੇ ਨਾਮ ਦੇ ਦੁਆਰਾ ਸੱਚੇ ਪਾਤਸ਼ਾਹ ਕਹਿੰਦੇ, ਉਹਨੂੰ ਕਿਤੇ ਦਰ ਦਰ ਤੇ ਮੰਗਣ ਦੀ ਲੋੜ ਨਹੀਂ ਰਹਿੰਦੀ। ਮੈਂ ਇੱਕ ਛੋਟਾ ਜਿਹਾ ਪ੍ਰਮਾਣ ਦਵਾਂ, ਧੰਨ ਨਿਰੰਕਾਰ ਪਿਤਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ 550 ਸਾਲਾ ਪ੍ਰਕਾਸ਼ ਪੁਰਬ ਆ ਰਿਹਾ, ਤੇ ਭਾਈ ਮਰਦਾਨਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਨੇ, ਰਾਏ ਭੋਏ ਦੀ ਤਲਵੰਡੀ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮਿਲਣ ਵਾਸਤੇ ਭਾਈ ਮਰਦਾਨਾ ਜੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਆਏ ਨੇ। ਧੰਨ ਭਾਈ ਮਰਦਾਨਾ, ਜਿਨ੍ਹਾਂ ਨੂੰ ਲੋਕ ਮਰਾਸੀ ਕਹਿੰਦੇ ਨੇ ਜਾਂ ਡੂਮ ਕਹਿੰਦੇ ਨੇ, ਪਤਾ ਨਹੀਂ ਕੀ ਕੁਝ ਕਰਕੇ ਭਾਈ ਮਰਦਾਨੇ ਨੂੰ ਅਪ ਸ਼ਬਦ ਬੋਲਦੇ ਨੇ। ਧੰਨ ਭਾਈ ਮਰਦਾਨਾ, ਸਿਦਕੀ ਸਭ ਤੋਂ ਵੱਡਾ ਜੇ ਕੋਈ ਸਿੱਖ ਸੀ ਨਾ, ਭਾਈ ਮਰਦਾਨਾ ਸੀ। ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਏ, ਰਾਏ ਭੋਏ ਦੀ ਤਲਵੰਡੀ ਨੂੰ ਚੱਲਣ ਲੱਗਿਆ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਂ ਤੁਹਾਡੇ ਪਿਤਾ ਦੇ ਦਰ ਦਾ ਡੂਮ ਆ, ਪਹਿਲਾਂ ਤੁਹਾਡੇ ਪਿਤਾ ਕੋਲੋਂ ਮੰਗ ਕੇ ਖਾਂਦਾ ਰਿਹਾ, ਤੁਹਾਡੇ ਪਿਤਾ ਨੇ ਸਾਡੀਆਂ ਲੋੜਾਂ ਪੂਰੀਆਂ ਕੀਤੀਆਂ ਤੇ ਅੱਜ ਵੀ ਕਰ ਰਹੇ ਨੇ, ਪਰ ਸੱਚੇ ਪਾਤਸ਼ਾਹ ਮੇਰਾ ਦਿਲ ਕਰਦਾ ਹੈ ਤੁਹਾਡਾ ਮੰਗਣਾ ਹੋਇਆ ਤੇ ਤੁਸੀਂ ਮੈਨੂੰ ਵਧਾਈ ਦੇ ਰੂਪ ਵਿੱਚ ਕੁਝ ਨਾ ਕੁਝ ਦਿਓ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨੇ ਨੂੰ ਆਖਿਆ, ਵੇ ਮਰਦਾਨਿਆ, ਮੰਗ
ਕੀ ਮੰਗਦਾ ਹੈ? ਆਖਿਆ ਸੱਚੇ ਪਾਤਸ਼ਾਹ ਜਿਹੜਾ ਵਸਤਰ ਪਾਇਆ ਹੈ ਨਾ ਤਨ ਤੇ, ਇਹ ਬੜਾ ਸੁੰਦਰ ਹੈ, ਮੈਨੂੰ ਦੇ ਦਿਓ। ਸਤਿਗੁਰਾਂ ਨੇ ਉਸੇ ਸਮੇਂ ਚੋਲਾ ਲਾ ਕੇ ਤੇ ਭਾਈ ਮਰਦਾਨੇ ਨੂੰ ਦੇ ਦਿੱਤਾ। ਇੱਕ ਵਾਰੀ ਪਿਆਰ ਨਾਲ ਸਾਰੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੈਂ ਸ਼ਬਦ ਵੱਲ ਆਵਾਂ। ਸੁਹਾਗਣੀ ਤੇ ਦੁਹਾਗਣੀ ਦੀ ਜਿਹੜੀ ਸ਼ਬਦ ਦੇ ਵਿੱਚ ਅੱਜ ਸਤਿਗੁਰਾਂ ਨੇ ਦੋਨਾਂ ਦੀ ਅਵਸਥਾ ਬਿਆਨ ਕੀਤੀ ਹੈ ਵੱਖ ਵੱਖ, ਉਹਦਾ ਮੈਂ ਨਿਰਣਾ ਕਰ ਲਵਾਂ। ਭਾਈ ਮਰਦਾਨਾ ਜੀ ਨੇ ਚੋਲਾ ਪਾ ਲਿਆ ਤੇ ਤੁਰਨ ਲੱਗਾ ਤੇ ਗੁਰੂ ਨਾਨਕ ਸਾਹਿਬ ਜੀ ਨੇ ਬਾਹ ਫੜ ਲਈ। ਆਖਿਆ ਮਰਦਾਨਿਆ, ਤੂੰ ਐ ਮਰਾਸੀ, ਤੁਹਾਡਾ ਕੰਮ ਹੈ ਲੋਕਾਂ ਦੇ ਦਰ ਦਰ ਤੇ ਮੰਗ ਕੇ ਖਾਣਾ, ਪਰ ਮਰਦਾਨਿਆ ਇਸ ਚੋਲੇ ਦੀ ਲਾਜ ਰੱਖੀ ਲਾਜ। ਰੁਕ ਗਿਆ ਭਾਈ ਮਰਦਾਨਾ, ਬੜਾ ਬਵੇਕੀ ਸੀ। ਭਾਈ ਮਰਦਾਨਾ ਕਹਿਣ ਲੱਗਾ, ਸੱਚੇ ਪਾਤਸ਼ਾਹ ਮੈਂ ਰਾਜ ਸਮਝਿਆ ਨਹੀਂ, ਲਾਜ ਦਾ ਕੀ ਮਤਲਬ ਹੈ? ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ, ਵੇ ਮਰਦਾਨਿਆ, ਇਸ ਚੋਲੇ ਦੀ ਝੋਲੀ ਮੈਂ ਜਦੋਂ ਵੀ ਅੱਡੀ ਹੈ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਅੱਡੀ ਹੈ, ਕਿਸੇ ਬੰਦੇ ਦੇ ਅੱਗੇ ਨਹੀਂ ਅੱਡੀ। ਧੰਨ ਭਾਈ ਮਰਦਾਨਾ ਜੀ ਨੇ ਉਸ ਦਿਨ ਤੋਂ ਵਾਅਦਾ ਕੀਤਾ। ਆਖਿਆ ਸੱਚੇ ਪਾਤਸ਼ਾਹ, ਅੱਜ ਤੋਂ ਮੈਂ ਤੇਰੇ ਦਰ ਦਾ ਮੰਗਤਾ ਸਤਿਗੁਰੂ, ਮੈਂ ਕਿਸੇ ਦੇ ਦਰ ਤੇ ਨਹੀਂ ਜਾਵਾਂਗਾ। ਐਸੀ ਚੋਲੇ ਦੀ ਲਾਜ ਰੱਖੀ, ਪਰਯੰਤ ਜੀਵਨ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਦੇ ਨਾਲ ਰਿਹਾ, ਗੁਰੂ ਨਾਨਕ ਦਾ ਦਰ ਛੱਡ ਕੇ ਨਹੀਂ ਗਿਆ। ਭਾਈ ਮਰਦਾਨਾ ਜੀ ਦੇ ਬਾਬਤ ਇੱਕ ਕਵੀ ਨੇ ਬੜੀਆਂ ਸੁੰਦਰ ਲਾਈਨਾਂ ਲਿਖੀਆਂ ਨੇ। ਆਖਿਆ ਘੱਲ ਕੇ ਫਰੰਦੇ ਢਿੱਗ, ਆ ਮਨਾਉਣਾ ਹੈ ਨਾ ਸਤਿਗੁਰਾਂ ਦਾ 550 ਸਾਲਾ ਪ੍ਰਕਾਸ਼ ਦਿਹਾੜਾ, ਤੇ ਨਾਲ ਨਾਲ ਭਾਈ ਮਰਦਾਨੇ ਨੂੰ ਵੀ ਯਾਦ ਕਰ ਲਿਓ, ਜਿਹਦੇ ਰਬਾਬ ਦੇ ਉੱਪਰ ਸਤਿਗੁਰੂ ਜੀ ਬਾਣੀ ਉਚਾਰਦੇ ਨੇ, ਜਿਸ ਰਬਾਬ ਨੂੰ ਵਜਾ ਕੇ, ਜਿਸ ਰਬਾਬ ਦੀ ਤਾਨ ਦੇ ਉੱਪਰ ਬਾਣੀ ਉਚਾਰ ਕੇ ਸਤਿਗੁਰਾਂ ਨੇ ਬੇਅੰਤ ਜੀਵਾਂ ਦਾ ਭਲਾ ਕੀਤਾ। ਜਰੀਆ ਭਾਈ ਮਰਦਾਨੇ ਦੀ ਰਬਾਬ ਨੂੰ ਬਣਾਇਆ। ਸਤਿਗੁਰੂ ਜੀ ਜਦੋਂ ਵੀ ਬਾਣੀ ਉਚਾਰਦੇ ਨੇ, ਆਂਦੇ ਭਾਈ ਮਰਦਾਨਿਆ ਰਬਾਬ ਸੁਰ ਕਰ ਬਾਣੀ ਆਈ ਹੈ। ਬਾਣੀ ਕਿੱਥੋਂ ਆਉਂਦੀ ਹੈ? ਬਾਣੀ ਤਾਂ ਧੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਭਾਈ ਮਰਦਾਨਾ ਜੀ ਦੇ ਬਾਬਤ ਉਸ ਗੁਰਮੁਖ ਨੇ ਲਿਖਿਆ, ਕਹਿੰਦਾ ਘੱਲ ਕੇ ਫਰੰਦੇ ਢਿੱਗ, ਮੰਗਾਇਆ ਰਬਾਬ ਪਹਿਲੇ। ਆ ਹੈ ਸੁਹਾਗਣ ਦੇ ਲੱਛਣ। ਅਸਲ ਮਹਿਨਿਆਂ ਦੇ ਵਿੱਚ ਜੇ ਕੋਈ ਰਮੀ ਹੋਈ ਜੀਵ ਇਸਤਰੀ ਪਰਮਾਤਮਾ ਦੇ ਨਾਲ ਸੀ, ਉਹ ਸੀ ਭਾਈ ਮਰਦਾਨਾ, ਉਹ ਸੀ ਭਾਈ ਮਨਸੁਖ ਸ਼ਾਹ ਵਰਗੇ, ਉਹ ਸੀ ਭਾਈ ਭਗੀਰਥ ਵਰਗੇ, ਉਹ ਸੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵਰਗੇ, ਉਹ ਸਨ ਧੰਨ ਭਾਈ ਗੁਰਦਾਸ ਜੀ ਵਰਗੇ, ਉਹਨਾਂ ਸਮਿਆਂ ਦੇ ਜਿਹੜੇ ਰਮੇ ਹੋਏ ਸਨ ਗੁਰੂ ਦੇ ਚਰਨਾਂ ਨਾਲ। ਭਾਈ ਗੁਰਦਾਸ ਜੀ ਨੇ ਅਨੇਕਾਂ ਸਿੱਖਾਂ ਦਾ ਵਰਣਨ ਕੀਤਾ ਹੈ ਆਪਣੀਆਂ ਵਾਰਾਂ ਦੇ ਅੰਦਰ, ਉਹਨਾਂ ਦੇ ਨਾਮ ਦੱਸੇ ਨੇ। ਉਹ ਸਨ ਓਤ ਪੋਤ ਹੋਈਆਂ ਜੀਵ ਰੂਪੀ ਇਸਤਰੀਆਂ ਪਰਮਾਤਮਾ ਦੇ ਨਾਲ, ਨਿਰੰਕਾਰ ਪਿਤਾ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਲ। ਕਹਿੰਦੇ ਘੱਲ ਕੇ ਫਰੰਦੇ ਢਿੱਗ, ਮੰਗਾਇਆ ਰਬਾਬ ਪਹਿਲੇ, ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਵਜਾਉਣਾ ਸੀ। ਭਾਈ ਮਰਦਾਨੇ ਨੂੰ ਰਬਾਬ ਵਜਾਉਣੀ ਆਉਂਦੀ ਸੀ, ਪਰ ਉਸ ਰਬਾਬ ਨੂੰ ਵਜਾ ਕੇ ਲੋਕਾਂ ਦੇ ਘਰਾਂ ਵਿੱਚ ਮੰਗਦਾ ਸੀ, ਉਹਨਾਂ ਦੇ ਸੋਹਲੇ ਗਾ ਕੇ ਰਬਾਬ ਵਜਾਉਂਦਾ ਸੀ, ਬੰਦਿਆਂ ਦੀ ਸਿਫਤ ਕਰਕੇ। ਗੁਰੂ ਨਾਨਕ ਸਾਹਿਬ ਜੀ ਨੇ ਨਿਰੰਕਾਰ ਦੀ ਬਾਣੀ ਦੇ ਨਾਲ ਨਾਦ ਜੋੜ ਕੇ ਭਾਈ ਮਰਦਾਨੇ ਨੂੰ ਰਬਾਬ ਵਜਾਉਣੀ ਸਿਖਾਈ। ਕਹਿੰਦੇ ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਵਜਾਉਣਾ ਸੀ। ਕਹਿੰਦੇ ਚੌਂ ਕੁੰਟੀ ਤਾਰ ਵੱਜੀ, ਜੰਗਲੀ ਪਹਾੜੀ ਥਲੀ, ਸੁਣ ਹੋਇਆ ਪਾਰ
ਰਿਆ ਆਵਣ ਨਾ ਜਾਣਾ ਸੀ। ਕਹਿੰਦੇ ਚਾਰ ਕੁੰਟਾਂ ਦੇ ਵਿੱਚ ਭਾਈ ਮਰਦਾਨੇ ਦੀ ਰਬਾਬ ਦੀ ਤਾਰ ਗੂੰਜੀ, ਜਦੋਂ ਤਾਰ ਤੇ ਤੂੰ ਹੀ ਨਿਰੰਕਾਰ, ਤੂੰ ਹੀ ਨਿਰੰਕਾਰ ਦੀ ਧੁਨ ਗੂੰਜਦੀ ਹੈ ਨਾ ਗੁਰਮੁਖੋ, ਫਿਰ ਦਸਤਗੀਰ ਪੀਰ ਵਰਗੇ ਵੀ ਆ ਕੇ ਚਰਨਾਂ ਤੇ ਡਿੱਗ ਪੈਂਦੇ। ਜਦੋਂ ਤੂੰ ਹੀ ਨਿਰੰਕਾਰ, ਤੂੰ ਹੀ ਨਿਰੰਕਾਰ ਦੀ ਧੁਨ ਭਾਈ ਮਰਦਾਨੇ ਦੀ ਰਬਾਬ ਤੇ ਗੂੰਜਦੀ ਹੈ, ਉਦੋਂ ਬਹਾਵਲ ਹੱਕ ਵਰਗੇ ਆਣ ਕੇ ਚਰਨਾਂ ਦੇ ਭੌਰੇ ਬਣ ਜਾਂਦੇ ਨੇ। ਜਦੋਂ ਤੂੰ ਹੀ ਨਿਰੰਕਾਰ ਦੀ ਧੁਨ ਭਾਈ ਮਰਦਾਨੇ ਦੀ ਰਬਾਬ ਤੇ ਗੂੰਜੀ, ਵਲੀ ਕੰਧਾਰੀ ਵਰਗੇ ਹੰਕਾਰੀਆਂ ਦਾ ਹੰਕਾਰ ਚੱਕਣਾ ਚੂਰ ਹੋ ਜਾਂਦਾ ਹੈ। ਭਾਈ ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਦੇ ਨਾਲ ਜੋੜ ਕੇ ਕੀਰਤਨ ਕਰਨਾ ਸਿਖਾਇਆ, ਆਪ ਹੀ ਸਿਖਾਇਆ, ਉਹਨੂੰ ਆਉਂਦਾ ਨਾ ਵਜਾਣਾ ਸੀ। ਚੌਂ ਕੁੰਟੀ ਤਾਰ ਵੱਜੀ ਜੰਗਲੀ ਪਹਾੜੀ ਥਲੀ, ਸੁਣ ਹੋਇਆ ਪਾਰ ਰਹਿਆ ਆਵਣ ਨਾ ਜਾਣਾ ਸੀ। ਆ ਸੁਣਿਓ ਪੰਕਤੀ, ਮਰਦਾਨਾ ਕਿਹਦਾ ਰਬਾਬੀ ਹੈ? ਜਿਹੜਾ ਪਰਮਾਤਮਾ ਦੇ ਚਰਨਾਂ ਨਾਲ ਓਤ ਪੋਤ ਹੋਇਆ, ਬਾਬੇ ਦਾ ਰਬਾਬੀ, ਕਿਸੇ ਬੰਦੇ ਦਾ ਰਬਾਬੀ ਨਹੀਂ। ਜਦੋਂ ਪਿਆਸ ਲੱਗੀ ਨਾ, ਵਲੀ ਕੰਧਾਰੀ ਦੇ ਕੋਲ ਭਾਈ ਮਰਦਾਨਾ ਜੀ ਗਏ ਗੁਰੂ ਨਾਨਕ ਸਾਹਿਬ ਜੀ ਦਾ ਹੁਕਮ ਪਾ ਕੇ। ਵਲੀ ਕੰਧਾਰੀ ਨੇ ਪੁੱਛਿਆ, ਤੂੰ ਕੌਣ ਹੈ? ਕਹਿਣ ਲੱਗਾ, ਮੇਰਾ ਬਾਬਾ ਨਾਨਕ ਹੈ ਤੇ ਮੈਂ ਉਹਦਾ ਸੇਵਕ ਹਾਂ, ਮੇਰਾ ਨਾਮ ਮਰਦਾਨਾ ਹੈ। ਗਲ ਵਿੱਚ ਰਬਾਬ ਪਾਈ ਹੈ। ਕਹਿਣ ਲੱਗਾ, ਇੱਥੇ ਬੈਠ ਜਾ, ਪਾਣੀ ਤੈਨੂੰ ਤਾਂ ਮਿਲੇਗਾ ਜਿਹੜੀ ਰਬਾਬ ਤੂੰ ਗੁਰੂ ਨਾਨਕ ਦੇ ਅੱਗੇ ਸੁਰ ਕਰਕੇ ਵਜਾਉਣਾ, ਮੇਰੇ ਅੱਗੇ ਸੁਰ ਕਰਕੇ ਮੇਰੀ ਸਿਫਤ ਕਰ। ਭਾਈ ਮਰਦਾਨੇ ਨੇ ਆਖਿਆ, ਮਰਨੀ ਮਰ ਜਾਵਾਂਗਾ, ਪਿਆਸਾ ਮਰ ਜਾਵਾਂਗਾ, ਇਸ ਰਬਾਬ ਦੇ ਨਾਲ ਕੇਵਲ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਹੋ ਸਕਦੀ ਹੈ। ਇਹ ਰਬਾਬ ਸੁਰ ਕੇਵਲ ਬਾਬੇ ਨਾਨਕ ਦੇ ਅੱਗੇ ਹੋ ਸਕਦੀ ਹੈ। ਭਾਈ ਮਰਦਾਨੇ ਨੇ ਪਿਆਸਾ ਰਹਿਣਾ ਤਾਂ ਪ੍ਰਵਾਨ ਕਰ ਲਿਆ, ਪਰ ਵਲੀ ਕੰਧਾਰੀ ਦੇ ਅੱਗੇ ਰਬਾਬ ਨਹੀਂ ਸੁਰ ਕੀਤੀ। ਕਹਿੰਦੇ ਬਾਬੇ ਦਾ ਰਬਾਬੀ ਰੱਬ ਆਪ ਭਿੰਨੀ ਤਾਰ, ਜਿਹਦੀ ਨਾਮ ਮਰਦਾਨਾ ਜਗ ਤਾਰ ਨੇ ਬਹਾਨਾ। ਭਾਈ ਮਰਦਾਨੇ ਦਾ ਨਾਮ ਹੈ ਮਰਦਾਨਾ, ਪਰ ਸੰਸਾਰ ਨੂੰ ਤਾਰਨ ਦਾ ਇੱਕ ਬਹਾਨਾ ਬਣਾਇਆ। ਧੰਨ ਰੰਕਾਰ ਪਿਤਾ ਦੇ ਬਚਨ ਨੂੰ ਮੰਨ ਕੇ ਪਰਯੰਤ ਜੀਵਨ ਝੋਲੀ ਕਿਸੇ ਦੇ ਅੱਗੇ ਨਹੀਂ ਅੱਡੀ, ਧੰਨ ਭਾਈ ਮਰਦਾਨਾ ਜੀ ਨੇ। ਸੋ ਗੁਰਮੁਖੋ, ਉਹ ਸਨ ਰੰਗੀਆਂ ਰੂਹਾਂ ਗਰੀਬ ਨਵਾਜ ਸਤਿਗੁਰ, ਜਿਨ੍ਹਾਂ ਦੇ ਬਾਬਤ ਅੱਜ ਦੀਆਂ ਪਾਵਨ ਮੁਬਾਰਕ ਬਚਨਾਂ ਦੁਆਰਾ ਸਾਨੂੰ ਬਖਸ਼ਿਸ਼ ਕਰਦੇ ਝੋਲੀ ਪਾ ਰਹੇ ਨੇ। ਸੁਹਾਗਣ ਕੌਣ ਹੈ, ਦੁਹਾਗਣ ਕੌਣ ਹੈ, ਦੋਨਾਂ ਦੀ ਅਵਸਥਾ ਕੀ ਹੈ ਤੇ ਕਿਵੇਂ ਕਿਵੇਂ ਇਹ ਆਪਣਾ ਸੰਸਾਰ ਤੇ ਜੀਵਨ ਬਸਰ ਕਰਦੀਆਂ ਨੇ। ਸੁਹਾਗਣ ਆਪਣੇ ਜੀਵਨ ਨੂੰ ਸਫਲ ਕਰਕੇ ਜਾਂਦੀ ਹੈ ਪਰਮਾਤਮਾ ਦੇ ਹੁਕਮ ਅੰਦਰ ਰਹਿ ਕੇ, ਦੁਹਾਗਣ ਜਿਹੜੀ ਹੈ ਵਿਛੜੀ ਹੋਈ ਉਹ ਬਰਬਾਦ ਕਰਕੇ ਜਾਂਦੀ। ਆਓ ਮਨੋ ਬਿਰਤੀਆਂ ਇਕਾਗਰ ਕਰੋ ਤੇ ਹੱਥ ਜੋੜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ, ਦੋਨੋਂ ਹੱਥ ਜੋੜੋ। ਸਤਿਗੁਰਾਂ ਦੀ ਆਪਾਂ ਬਾਣੀ ਪੜ੍ਹਦੇ ਹਾਂ ਨਾ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਕਿਵੇਂ ਕਰਨੀ ਹੈ? ਸਾਵਧਾਨ ਇਕਾਗਰ ਚੀਤ, ਸਾਵਧਾਨਤਾ ਦੇ ਨਾਲ ਇਕਾਗਰ ਹੋ ਕੇ ਗੁਰੂ ਦੀ ਮਹਿਮਾ ਵਿੱਚ ਜੁੜੋ। ਅੱਜ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਮੁੱਖ ਵਾਕ ਸਰਵਣ ਕਰੀਏ, ਵਿਚਾਰ ਸਰਵਣ ਕਰੀਏ ਤੇ ਗੱਜ ਵੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸੂਹੀ ਮਹੱਲਾ ਪੰਜਵਾਂ। ਹਾਂਜੀ, ਧਨ ਸੁਹਾਗਨ ਜੋ ਪ੍ਰਭੂ ਪਛਾਨੈ। ਉਹ ਜੀਵ ਰੂਪੀ ਇਸਤਰੀ ਸੁਹਾਗਣ ਧਨਤਾ ਦੇ ਯੋਗ ਹੈ ਕਿਹੜੀ? ਜਿਨ੍ਹਾਂ ਦੀ ਆਪਾਂ ਅਵਸਥਾ ਬਿਆਨ ਕਰਕੇ ਆਏ, ਉਹ ਜੀਵੀ ਰੂਪੀ ਇਸਤਰੀਆਂ ਧਨਤਾ ਦੇ ਯੋਗ ਨੇ ਜੋ ਆਪਣੇ ਪ੍ਰਭੂ ਨੂੰ ਪਛਾਣਦੀਆਂ ਨੇ, ਭਾਵ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਵੱਲ ਵੇਖਦੀਆਂ ਵੀ ਨਹੀਂ। ਉਹਨਾਂ ਦੇ ਬਾਬਤ ਪੰਚਮ ਪਾਤਸ਼ਾਹ ਜੀ ਨੇ ਕਿਹਾ, ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਭਾਉ, ਜਨ ਕੈ ਸੰਗ ਚਿੱਤ ਆਵੇ ਨਾਉ। ਇਹ ਨੇ ਰਮੀਆਂ ਹੋਈਆਂ ਜੀਵ ਰੂਪੀ ਇਸਤਰੀਆਂ। ਕਹਿੰਦੇ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਕਹਿੰਦੇ ਉਹ ਜੀਵ ਰੂਪੀ ਇਸਤਰੀ ਧੰਤਾ ਦੇ ਯੋਗ ਹੈ ਜਿਹੜੀ ਆਪਣੇ ਪ੍ਰਭੂ ਦੀ ਪਹਿਚਾਣ ਕਰ ਲੈਂਦੀ, ਆਪਣੇ ਪਿਆਰੇ ਦੀ ਪਹਿਚਾਣ ਕਰਦੀ ਹੈ, ਭਾਵ ਉਹਨੂੰ ਹੀ ਪਛਾਣਦੀ ਹੈ, ਹੋਰ ਕਿਸੇ ਨੂੰ ਅੱਖ ਥੱਲੇ ਨਹੀਂ ਰੱਖਦੇ। ਮਾਨੈ ਹੁਕਮ ਤਜੈ ਅਭਿਮਾਨੈ। ਕਰਦੀ ਕੀ ਹੈ? ਪਰਮਾਤਮਾ ਦੇ ਹੁਕਮ ਨੂੰ ਮੰਨਦੀ, ਅਭਿਮਾਨ ਨੂੰ ਤਿਆਗ ਕੇ, ਅਭਿਮਾਨ ਹਉਮੈ ਹੰਕਾਰ ਨੂੰ ਤਿਆਗ ਕਰਕੇ ਆਪਣੇ ਪਤੀ ਦੇ ਹੁਕਮ ਨੂੰ ਮੰਨਦੀ ਹੈ, ਉਹਦੀ ਕਮਾਈ ਕਰਦੀ ਹੈ। ਪ੍ਰੇ ਸਿਓ ਰਾਤੀ ਰਲੀਆ ਮਾਨੈ। ਦੇ ਅਰਥ ਵੀ ਪਤੀ ਹੈ, ਵਾਹਿਗੁਰੂ ਪਰਮਾਤਮਾ, ਅਕਾਲ ਪੁਰਖ ਵਾਹਿਗੁਰੂ। ਜਿਹੜੀ ਅਭਿਮਾਨ ਨੂੰ ਤਿਆਗ ਕੇ ਆਪਣੇ ਪਤੀ ਦੇ ਹੁਕਮ ਵਿੱਚ ਚੱਲਦੀ ਹੈ, ਫਿਰ ਉਹ ਆਨੰਦਮਈ ਜੀਵਨ ਬਤੀਤ ਕਰਦੀ ਹੈ ਆਪਣੇ ਪਤੀ ਦੇ ਚਰਨਾਂ ਨਾਲ ਮਿਲ ਕਰਕੇ, ਰਲੀਆਂ ਮੰਨਦੀ ਹੈ ਆਪਣੇ ਪਤੀ ਦੇ ਨਾਲ। ਸੁਣ ਸਖੀਏ ਪ੍ਰਭ ਮਿਲਨ ਨਿਸ਼ਾਨੀ। ਹੁਣ ਦੋ ਜਗਿਆਸੂ ਜੀਵ ਰੂਪੀ ਇਸਤਰੀਆਂ ਨੇ, ਇੱਕ ਜਿਹੜੀ ਸਖੀ ਹੈ, ਇੱਕ ਦੂਸਰੀ ਸਖੀ ਨੂੰ, ਸਹੇਲੀ ਨੂੰ ਦੱਸ ਰਹੀ ਹੈ, ਪੁੱਛਿਆ ਕਿ ਤੂੰ ਕਿਵੇਂ ਵਾਹਿਗੁਰੂ ਪਰਮਾਤਮਾ ਨੂੰ ਆਪਣੇ ਪਤੀ ਨੂੰ ਰਿਝਾ ਲਿਆ। ਆਖਿਆ, ਆ ਤੈਨੂੰ ਮੈਂ ਨਿਸ਼ਾਨੀ ਦੱਸਾਂ ਕਿਵੇਂ ਰਿਝਾਇਆ। ਹਾਂਜੀ, ਮਨ ਤਨ ਅਰਪ ਤਜ ਲਾਜ ਲੋਕਾਨੀ। ਉਹ ਜਗਿਆਸੂ ਜੀਵ ਰੂਪੀ ਇਸਤਰੀ ਦੂਸਰੀ ਜੀਵ ਰੂਪੀ ਇਸਤਰੀ ਨੂੰ ਕਹਿੰਦੀ ਹੈ ਕਿ ਮੈਂ ਤੈਨੂੰ ਨਿਸ਼ਾਨੀ ਦੱਸਾਂ, ਮਨ ਤੇ ਤਨ ਆਪਣਾ ਪਤੀ ਨੂੰ ਅਰਪਣ ਕਰ ਦੇ। ਇਹ ਨਾ ਸੋਚ ਕਿ ਦੁਨੀਆ ਕੀ ਕਵੇਗੀ। ਲੋਕ ਲਾਜ ਤਿਆਗ ਕੇ ਮਨ ਤੇ ਤਨ ਆਪਣੇ ਪਿਆਰੇ ਪਰਮਾਤਮਾ ਪਤੀ ਨੂੰ ਅਰਪਣ ਕਰਦੇ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਇਹ ਮਿਲਣ ਦੀ ਨਿਸ਼ਾਨੀ ਹੈ। ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ, ਮਨ ਤਨ ਅਰਪ ਤਜ ਲਾਜ ਲੁਕਾਨੀ। ਤੂੰ ਇਹ ਅਵਸਥਾ ਬਣਾ ਲੈ ਕਿ ਅਬ ਹਮ ਚੱਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਲੋਕਨ ਕੀ ਚਤੁਰਾਈ ਉਪਮਾ ਤੇ ਬੈ ਸੰਤਰ ਜਾਰ। ਕਹਿੰਦੇ ਲੋਕਾਂ ਦੀਆਂ ਚਤੁਰਾਈਆਂ ਉਪਮਾ ਨੂੰ ਅੱਗ ਵਿੱਚ ਸਾੜ ਕੇ ਸਵਾਹ ਕਰਦੇ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦੀ ਉਹ ਹੈ ਧਾਰ। ਇਹ ਅਵਸਥਾ ਪ੍ਰਾਪਤ ਕਰ, ਇਹ ਨਿਸ਼ਾਨੀ ਹੈ
ਲੋਕ ਲਾਜ ਤਿਆਗ ਕੇ ਆਪਣੇ ਪਤੀ ਨੂੰ ਸਮਰਪਣ ਹੋ ਜਾਓ, ਰਹਾਓ, ਵਿਸ਼ਰਾਮ ਦੇ ਕੇ ਬਖਸ਼ਿਸ਼ ਕਰਦੇ ਸਤਿਗੁਰੂ। ਸਖੀ ਸਹੇਲੀ ਕਉ ਸਮਝਾਵੇ, ਜਿਹੜੀ ਸਖੀ ਹੈ ਨਾ ਇੱਥੇ, ਸਖੀ ਦੇ ਅਰਥ ਨੇ ਮਿਲੀ ਹੋਈ ਪਰਮਾਤਮਾ ਦੇ ਨਾਲ, ਉਹ ਹੈ ਸਖੀ। ਦੂਸਰੀ ਸਹੇਲੀ ਨੂੰ ਜਿਹਨੇ ਅਜੇ ਮਿਲਣਾ ਹੈ, ਜਿਹੜੀ ਅਜੇ ਰਸਤਾ ਹੀ ਪੁੱਛ ਰਹੀ ਹੈ, ਜਿਹੜੀ ਪੁੱਛ ਰਹੀ ਹੈ ਕਿ ਆਪਣੇ ਪਤੀ ਨੂੰ ਕਿਵੇਂ ਪ੍ਰਾਪਤ ਕਰਾਂ। ਸੱਚੇ ਪਾਤਸ਼ਾਹ ਗਰੀਬ ਨਿਵਾਸ ਸਤਿਗੁਰਾਂ ਦੇ ਬਲਹਾਰ ਜਾਈਏ, ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ, ਇਹ ਵਰ ਕਿੱਥੋਂ ਮਿਲਿਆ ਸੀ? ਦੋਤਾ ਬਾਣੀ ਕਾ ਬੋਹ ਥਾ, ਤੇ ਜਿੱਥੋਂ ਇਹ ਵਰ ਮਿਲੇ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੋਂ ਬਲਹਾਰ ਜਾਓ। ਐਸੇ ਐਸੇ ਪਿਆਰੇ ਬਚਨ ਸਤਿਗੁਰੂ ਜੀ ਪਾਵਨ ਬਖਸ਼ਿਸ਼ ਸਾਡੀ ਝੋਲੀ ਵਿੱਚ ਪਾਉਂਦੇ ਨੇ। ਗਰੀਬ ਨਿਵਾਜ ਸਤਿਗੁਰ ਜੀ ਬਖਸ਼ਿਸ਼ ਕਰਦੇ ਨੇ। ਸਖੀ ਸਹੇਲੀ ਕੌ ਸਮਝਾਵੇ, ਸਖੀ ਕੌਣ ਹੈ? ਜਿਹੜੀ ਓਤ ਪੋਤ ਹੋਈ ਹੈ, ਜਿਹੜੀ ਅਜੇ ਰਸਤਾ ਪੁੱਛ ਰਹੀ, ਉਹਨੂੰ ਸਮਝਾ ਰਹੀ ਹੈ। ਕੀ ਸਮਝਾਉਣਾ ਕੀਤਾ ਹੈ? ਸੋਈ ਕਮਾਵੇ ਜੋ ਪ੍ਰਭ ਭਾ, ਆਖਿਆ ਜਿਹੜਾ ਵਾਹਿਗੁਰੂ ਪਰਮਾਤਮਾ ਨੂੰ ਭਾ ਜਾਵੇ ਕੰਮ, ਉਹ ਕਮਾਈ ਕਰ, ਉਹ ਕੰਮ ਨੂੰ ਕਰਨਾ ਕਰ, ਪਿਆਰੇ ਦੇ ਹੁਕਮ ਵਿੱਚ ਚੱਲ ਕੇ ਉਸ ਦੀ ਕਮਾਈ ਕਰ, ਜੋ ਤੈਨੂੰ ਤੇਰਾ ਪਤੀ ਕਹਿੰਦਾ ਉਹਨੂੰ ਸੱਤ ਕਰਕੇ ਮੰਨ, ਉਹਨੂੰ ਸੱਤ ਬਚਨ ਕਹਿ ਕੇ ਹਿਰਦੇ ਵਿੱਚ ਵਸਾ, ਉਹਦੀ ਕਮਾਈ ਕਰ। ਜੇ ਪਿਆਰੇ ਪਤੀ ਦੀ ਖੁਸ਼ੀ ਪ੍ਰਾਪਤ ਕਰਨੀ ਹੈ, ਸਾ ਸੁਹਾਗਣ ਅੰਕ ਸਮਾ, ਜਿਹੜੀ ਆਪਣੇ ਪਤੀ ਦੇ ਕਹੇ ਅਨੁਸਾਰ ਚੱਲਦੀ ਹੈ, ਉਹ ਸੁਹਾਗਣ ਆਪਣੇ ਪਤੀ ਦੇ ਅੰਕ ਸਮਾ ਭਾਵ ਉਹਦੇ ਵਿੱਚ ਲੀਨ ਹੋ ਜਾਂਦੀ ਹੈ, ਤਾਣੇ ਪੇਟੇ ਵਾਂਗੂ ਬੋਤ ਪੋਤ ਹੋ ਜਾਂਦੀ ਹੈ। ਗਰਭ ਗਹੇਲੀ ਮਹਲ ਨਾ ਪਾ, ਜਿਹੜੀ ਹੰਕਾਰ ਦੇ ਵਿੱਚ, ਗਰਭ ਦੇ ਵਿੱਚ ਕਹਿੰਦੇ ਗਲਤਾਨ ਹੋਈ ਗਹੇਲੀ ਭਾਵ ਟੁੱਟੀ ਹੋਈ ਪਰਮਾਤਮਾ ਦੇ ਨਾਲੋਂ, ਉਹ ਕਦੇ ਆਪਣੇ ਪਤੀ ਦਾ ਮਹਿਲ ਪ੍ਰਾਪਤ ਨਹੀਂ ਕਰ ਸਕਦੀ, ਉਹ ਕਦੀ ਪਤੀ ਦੀ ਖੁਸ਼ੀ ਨਹੀਂ ਹਾਸਲ ਕਰ ਸਕਦੇ। ਫਿਰ ਪਛਤਾਵੇ ਜਬ ਰਹਿਣ ਬਿਹਾ, ਜਦੋਂ ਉਹਦੀ ਜੀਵਨ ਰੂਪੀ ਰਾਤ ਖਤਮ ਹੋ ਗਈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਤੇ ਸਾਡੀਆਂ ਵੀ ਜੀਵਨ ਰੂਪੀ ਰਾਤਾਂ ਨਾ ਖਤਮ ਹੋ ਜਾਣ, ਅਸੀਂ ਵੀ ਆਪਣੇ ਪਿਆਰੇ ਪਤੀ ਦੀ ਹਾਜ਼ਰੀ ਵਿੱਚ ਆ ਜਾਈਏ, ਉਹਦੇ ਹੁਕਮ ਦੀ ਪਾਲਣਾ ਕਰੀਏ। ਕਹਿੰਦੇ ਫਿਰ ਪਛਤਾਵੇ ਜਬ ਰਹਿਣ ਬਿਹਾਵੇ, ਸਾਰੀ ਜ਼ਿੰਦਗੀ ਹੰਕਾਰ ਦੇ ਵਿੱਚ ਗਲਤਾਨ ਕਰ ਲਈ, ਪਰਮਾਤਮਾ ਦੀ ਖੁਸ਼ੀ ਹਾਸਲ ਨਾ ਕੀਤੀ, ਹਉਮੈ ਦੇ ਵਿੱਚ ਜੀਵਨ ਬਤੀਤ ਕਰਕੇ ਬਰਬਾਦ ਕਰ ਲਿਆ। ਕਹਿੰਦੇ ਉਹ ਕਦੀ ਵਾਹਿਗੁਰੂ ਪਰਮਾਤਮਾ ਦੇ ਮਹਿਲ ਨੂੰ ਪ੍ਰਾਪਤ ਨਹੀਂ ਕਰ ਸਕਦੀ। ਹਾਂਜੀ, ਕਰਮਹੀਣ ਮਨ ਮੁਖ ਦੁਖ ਪਾਵੇ, ਕਰਮਹੀਣ ਕਰਮਾਂ ਤੋਂ ਸਖਣੀ, ਚੰਗੇ ਕਰਮਾਂ ਤੋਂ, ਸ੍ਰੇਸ਼ਟ ਕਰਮਾਂ ਤੋਂ ਸਖਣੀ ਮਨਮੁਖ ਜੀਵ ਰੂਪੀ ਇਸਤਰੀ ਦੁੱਖ ਪਾਉਂਦੀ ਹੈ, ਜੀਵਨ ਰੂਪੀ ਰਾਤ ਬਤੀਤ ਹੋ ਜਾਂਦੀ ਹੈ। ਬਿਨੋ ਕਰੀ ਜੇ ਜਾਣਾ ਦੂਰ, ਇਹ ਪੰਕਤੀ ਦੇ ਅਰਥ ਨੇ ਗੁਰਮੁਖੋ, ਜਿਹੜੀ ਸੁਹਾਗਣ ਓਤ ਪੋਤ ਹੋ ਗਈ ਪਰਮਾਤਮਾ ਦੇ ਚਰਨਾਂ ਦੇ ਨਾਲ, ਉਹ ਕਹਿੰਦੀ ਮੈਂ ਬਿਨੇ ਤੇ ਤਾਂ ਕਰਨ, ਜੇ ਮੈਂ ਆਪਣੇ ਪਤੀ ਨੂੰ ਦੂਰ ਜਾਣਾ ਕਿ ਭਾਵ ਮੇਰੇ ਤੋਂ ਬੜਾ ਦੂਰ ਰਹਿੰਦਾ ਹੈ, ਉਹ ਤਾਂ ਮੇਰੇ ਅੰਗ ਸੰਗ ਹੈ, ਸਾਜਨੜਾ ਮੇਰਾ, ਸਾਜਨੜਾ ਨਿਕਟ ਖਲੋਇਆੜਾ ਮੇਰਾ, ਸਾਜਨੜਾ ਮੇਰਾ ਤਾਂ ਸਾਜਣ ਮੇਰੇ ਨਾਲ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ।
ਕਹਿੰਦੀ ਉਹਦੇ ਅੱਗੇ ਮੈਂ ਬੇਨਤੀ ਤੇ ਤਾਂ ਕਰਾਂ, ਇਹ ਅਵਸਥਾ ਸੁਹਾਗਣ ਦੀ ਹੈ, ਦੁਹਾਗਣ ਦੀ ਨਹੀਂ। ਜੇ ਉਹਨੂੰ ਮੈਂ ਆਪਣੇ ਤੋਂ ਕਿਤੇ ਦੂਰ ਜਾਣਿਆ ਹੋਵੇ, ਹਾਂਜੀ ਰੱਬ ਅਬਿਨਾਸੀ ਰਹਿਆ ਭਰਪੂਰ, ਲਾਸ਼ ਤੋਂ ਰਹਿਤ ਵਾਹਿਗੁਰੂ ਪਰਮਾਤਮਾ ਅਬਿਨਾਸੀ, ਜੀਵਨ ਕੋ ਦਾਤਾ ਸਿਮਰਤ ਸਭ ਮਲਕ ਹੋਈ, ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ। ਉਹ ਭਰਪੂਰ ਭਾਵ ਜ਼ਰੇ ਜ਼ਰੇ ਵਿੱਚ ਵਿਆਪਕ ਹੈ। ਜਨ ਨਾਨਕ ਗਾਵੇ ਦੇਖ ਹਦੂਰ, ਇਹ ਨਾਨਕ ਉਹਨੂੰ ਹਦੂਰ ਦੇਖ ਕੇ, ਹਦੂਰ ਜਾਣ ਕੇ ਉਹਨੂੰ ਗਾਉਣਾ ਕਰਕੇ ਉਹ ਮੇਰੇ ਸਦਾ ਹੀ ਕੋਲ ਖਲੋਤਾ ਹੈ। ਉਹਨੂੰ ਇਸ ਤਰ੍ਹਾਂ ਯਾਦ ਕਰ ਕਿ ਉਹ ਜ਼ਰੇ ਜ਼ਰੇ ਵਿੱਚ ਵਿਆਪਕ ਹੈ। ਸਭੈ ਘੱਟ ਰਾਮ ਬੋਲੇ ਰਾਮਾ ਬੋਲੇ, ਉਸ ਨੂੰ ਇਸ ਤਰ੍ਹਾਂ ਗਾਉਣਾ ਕਰ ਕਿ ਉਹ ਸਦਾ ਤੇਰੇ ਨਾਲ ਹੈ। ਸੋ ਗੁਰਮੁਖੋ ਆਓ ਲੜੀਵਾਰ ਸ਼ਬਦ ਦੀ ਵਿਚਾਰ ਸਰਵਣ ਕਰੀਏ, ਜੋ ਵਿਚਾਰ ਅਧੀਨ ਹੈ ਪਿਆਰ ਨਾਲ ਆਖੋ। ਸਤਨਾਮ ਸ਼੍ਰੀ ਵਾਹਿਗੁਰੂ। ਮੇਰਾ ਘਰ ਬਣਿਆ ਬਨ ਤਾਲ ਬਣਿਆ, ਹਾਂਜੀ ਪ੍ਰਭ ਪਰਸੇ ਹਰ ਰਾਇਆ ਰਾਮ। ਇਹ ਵੀ ਪਾਵਨ ਸੂਹੀ ਰਾਗਣੀ ਦਾ ਸ਼ਬਦ ਹੈ, ਜੋ ਲੜੀਵਾਰ ਕਥਾ ਦੀ ਵਿਚਾਰ ਚੱਲ ਰਹੀ ਹੈ। ਵੱਖ ਵੱਖ ਮਹਾਨ ਵਿਦਵਾਨਾਂ ਕੋਲੋਂ, ਸਿੰਘ ਸਾਹਿਬਾਨਾਂ ਕੋਲੋਂ ਆਪ ਜੀ ਇਸ ਸ਼ਬਦ ਦੀ ਵਿਚਾਰ ਸਰਵਣ ਕਰਦੇ ਆ। ਕੇਵਲ ਇਹ ਸੰਥਿਆ ਦੇ ਰੂਪ ਵਿੱਚ ਹੈ। ਸਾਹਿਬ ਜੀ ਕਹਿੰਦੇ ਮੇਰਾ ਘਰ ਬਣਿਆ, ਹਿਰਦੇ ਰੂਪੀ ਸਰੀਰ ਰੂਪੀ ਘਰ ਸੋਹਣਾ ਬਣ ਗਿਆ, ਬਨ ਤਾਲ ਬਣਿਆ। ਕਹਿੰਦੇ ਪ੍ਰਭ ਪਰਸੇ ਹਰ ਰਾਇਆ ਰਾਮ, ਸੁੰਦਰ ਕਦੋਂ ਬਣ ਗਿਆ, ਸੋਭਨੀਕ ਸੋਹਣੇ ਸੰਸਕਾਰਾਂ ਵਾਲਾ ਕਦੋਂ ਹੋਇਆ, ਜਦੋਂ ਮੈਂ ਆਪਣੇ ਪਿਆਰੇ ਪ੍ਰੀਤਮ ਦੇ ਚਰਨ ਪਰਸੇ। ਉਦੋਂ ਇਹ ਕੱਚ ਤੋਂ ਕੰਚਨ ਬਣ ਗਿਆ, ਲੋਹੇ ਤੋਂ ਸੋਨਾ ਬਣ ਗਿਆ, ਕਹਿੰਦੇ ਲੋਹੇ ਤੋਂ ਲਾਲ ਹੋ ਗਿਆ, ਸੋਹਣਾ ਬਣ ਗਿਆ, ਜਦੋਂ ਮੈਂ ਆਪਣੇ ਪਿਆਰੇ ਪ੍ਰੀਤਮ ਦੇ ਚਰਨ ਪਰਸਨਾ ਕੀਤੇ। ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ, ਗੁਣ ਮੰਗਲ ਹਰ ਗਾਇਆ ਰਾਮ। ਜਦੋਂ ਮੈਂ ਉਸ ਵਾਹਿਗੁਰੂ ਪਰਮਾਤਮਾ ਦੇ ਗੁਣਾਂ ਨੂੰ, ਸੋਹਲਿਆਂ ਨੂੰ ਗਾਉਣਾ ਕੀਤਾ, ਕਹਿੰਦੇ ਮੇਰੇ ਮਨ ਦੀ ਅਵਸਥਾ ਵੀ ਬਦਲ ਗਈ, ਮੇਰਾ ਮਨ ਵੀ ਸ਼ੁਭ ਗੁਣਾਂ ਵਾਲਾ ਹੋ ਗਿਆ, ਤੇ ਜਿਹੜੇ ਮੇਰੇ ਗਿਆਨ ਇੰਦਰੇ ਸਨ ਉਹ ਵੀ ਵਿਗਾਸ ਵਿੱਚ ਆ ਗਏ, ਉਹ ਵੀ ਰਸ ਦੇ ਨਾਲ ਭਰਪੂਰ ਹੋ ਗਏ। ਹੋਏ ਕਦੋਂ? ਜਦੋਂ ਮੈਂ ਉਹਦੇ ਗੁਣਾਂ ਨੂੰ ਗਾਉਣਾ ਕੀਤਾ। ਗੁਣ ਗਾਏ ਪ੍ਰਭੂ ਧਿਆਏ, ਸਾਚਾ ਸਗਲ ਇੱਛਾ ਪਾਈਆ। ਗੁਣ ਗਾਉਣ ਦੇ ਨਾਲ, ਪ੍ਰਭੂ ਨੂੰ ਧਿਆਉਣ ਦੇ ਨਾਲ, ਸੱਚੇ ਵਾਹਿਗੁਰੂ ਪਰਮਾਤਮਾ ਦੀ ਸਿਫਤ ਕਰਨ ਦੇ ਨਾਲ ਸਾਰੀਆਂ ਇੱਛਾ ਪ੍ਰਾਪਤ ਹੋ ਜਾਂਦੀਆਂ, ਪੂਰੀਆਂ ਹੋ ਜਾਂਦੀਆਂ ਨੇ। ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ। ਉਹਦੇ ਗੁਣ ਗਾਉਣ ਦੇ ਨਾਲ ਮਨ ਬਾਸ਼ਿਤ ਲੋਕ ਤੇ ਪ੍ਰਲੋਕ ਦੇ ਫਲ ਪ੍ਰਾਪਤ ਹੁੰਦੇ ਹਨ। ਗੁਰ ਚਰਨ ਲਾਗੇ ਸਦਾ ਜਾਗੇ, ਮਨ ਵੱਜੀਆਂ ਵਧਾਈਆਂ। ਜਿਹੜੇ ਗੁਰੂ ਦੇ ਮੁਬਾਰਕ ਚਰਨਾਂ ਨਾਲ ਜੁੜੇ ਰਹਿੰਦੇ ਨੇ, ਕਬੀਰ ਸਾਹਿਬ ਕਹਿੰਦੇ ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਜੈਸਾ ਸਤਿਗੁਰੂ ਸੁਣੀ ਦਾ ਤੈਸੋ ਹੀ ਮੈਂ ਦੀਠ। ਕਹਿੰਦੇ ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜੇ ਰਹਿੰਦੇ ਪੰਚਮ ਪਾਤਸ਼ਾਹ ਕਹਿੰਦੇ ਨੇ
ਕਹਿੰਦੇ ਉਹ ਮਾਇਆ ਦੇ ਹੱਲਿਆਂ ਤੋਂ ਸਦਾ ਸੁਚੇਤ ਰਹਿ ਜਾਂਦੇ ਨੇ। ਕਬੀਰ ਸਾਹਿਬ ਕਹਿੰਦੇ ਮਾਇਆ ਮੇਰੇ ਤੇ ਵੀ ਬੜੇ ਭੇਕ ਕਰ ਕਰ ਆਉਂਦੀ ਹੈ। ਕਬੀਰ ਆਈ ਮੁਝੇ ਪੈ ਅਣਕ ਕਰੇ ਕਰ ਭੇਸ, ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ਼। ਇਹ ਮਾਇਆ ਬੜੇ ਹੱਲੇ ਕਰਦੀ ਨੇ, ਕਦੀ ਕਿਸੇ ਰੂਪ ਵਿੱਚ ਆ ਕੇ ਕਦੀ ਕਿਸੇ ਰੂਪ ਵਿੱਚ। ਇਹਦਾ ਕੰਮ ਇੱਕੋ ਹੀ ਹੈ ਕਿ ਤੈਨੂੰ ਗੁਰੂ ਘਰ ਨਾਲੋਂ ਤੋੜਨਾ। ਕਿਵੇਂ ਤੋੜਨਾ? ਜਿਹੜਾ ਗੁਰੂ ਦੇ ਮੁਬਾਰਕ ਚਰਨਾਂ ਨਾਲ ਜੁੜਿਆ ਰਹਿੰਦਾ ਗੁਰਮੁਖੋ, ਉਹ ਮਾਇਆ ਦੇ ਹੱਲਿਆਂ ਤੋਂ ਸੁਚੇਤ ਰਹਿੰਦਾ, ਬਚ ਜਾਂਦਾ ਹੈ। ਕਰੀ ਨਦਰ ਸੁਆਮੀ ਸੁਖੈ ਗਾਮੀ, ਹਾਲਤ ਪਾਲਤ ਸਵਾਰਿਆ। ਜਦੋਂ ਸੁੱਖਾਂ ਦੇ ਦਾਤੇ, ਇੱਕ ਵਾਰੀ ਪਿਆਰ ਨਾਲ ਸਾਰੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਫਿਰ ਕਿਰਪਾ ਕਰੋ ਆਖੋ ਸਤਨਾਮ। ਜਦੋਂ ਸੁੱਖਾਂ ਦੇ ਦਾਤੇ ਸਤਿਗੁਰਾਂ ਸਵਾਮੀ ਨੇ ਕਿਰਪਾ ਕੀਤੀ ਨਾ, ਫਿਰ ਹਾਲਤ ਮਾਤ ਲੋਕ ਤੇ ਪਲਤ ਲੋਕ ਪਰਲੋਕ ਸਵਾਰਿਆ ਗਿਆ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਦੋਨੋਂ ਜਹਾਨ ਸਵਾਰ ਦਿੱਤੇ। ਬਿਨਵੰਤ ਨਾਨਕ ਨਿਤ ਨਾਮ ਜਪੀਐ, ਜਿਉ ਪਿੰਡ ਜਿਨ ਤਾਰਿਆ। ਪਿਆਰ ਨਾਲ ਸਾਰੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸੱਚੇ ਪਾਤਸ਼ਾਹ ਕਹਿੰਦੇ ਉਹਦਾ ਨੇਤੀ ਨਾਮ ਜਪਣਾ ਕਰੀਏ, ਜਿਹਨੇ ਇਹ ਸਰੀਰ ਰੂਪੀ ਪਿੰਡ ਸਾਨੂੰ ਬਖਸ਼ਿਸ਼ ਕੀਤਾ ਹੈ, ਹਿਰਦਾ ਬਖਸ਼ਿਸ਼ ਕੀਤਾ ਹੈ। ਸਾਹਿਬ ਕਿਰਪਾ ਕਰਨ, ਜਾਂਦਾ ਮੈਂ ਇੱਕ ਬੇਨਤੀ ਕਰ ਜਾਵਾਂ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਆ ਰਿਹਾ ਗੁਰਮੁਖੋ, 100 ਸਾਖੀ ਦੇ ਵਿੱਚ ਕੁਝ ਕੁ ਬਚਨ ਆਏ ਨੇ। ਇਤਿਹਾਸ ਵਿੱਚ ਕਾਜੀ ਰੁਕਨਦੀਨ ਦੇ ਨਾਲ ਸਵਾਲ ਜਵਾਬ ਜਦੋਂ ਗੁਰੂ ਨਾਨਕ ਸਾਹਿਬ ਦੇ ਹੋਏ, ਮਨਾਉਣਾ ਸਾਰਿਆਂ ਨੇ ਮੁਬਾਰਕ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਸਾਰਿਆਂ ਦਾ ਸਾਂਝਾ ਹੈ। ਜ਼ਾਹਰ ਪੀਰ ਜਗਤ ਗੁਰ ਬਾਬਾ, ਉਹ ਸਾਰਿਆਂ ਦਾ ਹੈ, ਕਿਸੇ ਇੱਕ ਤਬਕੇ ਦਾ ਨਹੀਂ ਕਿ ਅਸੀਂ ਕਹਿ ਲਈਏ ਕਿ ਸਾਡਾ ਸਿੱਖਾਂ ਦਾ ਹੈ। ਮਨਾਉਣਾ ਸਾਰਿਆਂ ਨੇ ਮੁਬਾਰਕ ਹੈ, ਪਰ ਗੁਰੂ ਨਾਨਕ ਦੇ ਹੋ ਕੇ ਮਨਾਈਏ। ਸਾਡਾ ਤਾਂ ਫਰਜ਼ ਬਣਦਾ ਹੈ ਨਾ, ਅਸੀਂ ਗੁਰੂ ਨਾਨਕ ਦੇ ਬਣ ਕੇ ਉਹਦਾ ਪੁਰਬ ਮਨਾਈਏ। ਜਿਨ ਕੇ ਦਿਨ ਮਨਾਤੇ ਹੋ ਉਨਕੀ ਬਾਤ ਵੀ ਮੰਨੋ, ਉਹਦੀ ਗੱਲ ਵੀ ਤਾਂ ਮੰਨੋ ਨਾ। ਕਾਜੀ ਰੁਕਨਦੀਨ ਨੇ ਜਦੋਂ ਸਵਾਲ ਜਵਾਬ ਹੋਏ, ਸਤਿਗੁਰਾਂ ਨੂੰ ਬਚਨ ਕੀਤਾ ਕਿ ਮੁਸਲਮਾਨ ਇਮਾਨ ਦਾ ਪੱਕਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬਚਨ ਕੀਤਾ, ਇਮਾਨ ਦਾ ਪੱਕਾ ਨਹੀਂ ਬੇਈਮਾਨ ਕਹੋ। ਕਾਜੀ ਰੁਕਨਦੀਨ ਕਹਿਣ ਲੱਗਾ ਉਹ ਕਿਵੇਂ ਪਾਤਸ਼ਾਹ? ਕਹਿੰਦੇ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ, ਤੁਸੀਂ ਇਮਾਨ ਦੇ ਪੱਕੇ ਨਹੀਂ, ਤੁਸੀਂ ਬੇਈਮਾਨ ਹੋ। ਪਰਮਾਤਮਾ ਦੀ ਦਿੱਤੀ ਹੋਈ ਸਾਬਤ ਸੂਰਤ ਨੂੰ ਪਾਉਂਦੇ ਹੋ, ਆਪਣੇ ਘਰਾਂ ਦੇ ਅੰਦਰ, ਆਪਣੇ ਅੰਦਰ, ਆਪਣੀ ਕੌਮ ਦੇ ਅੰਦਰ ਝਾਤੀ ਮਾਰਨ ਦੀ ਸਾਨੂੰ ਲੋੜ ਹੈ। ਇਹਨੂੰ ਕਹਿੰਦੇ ਸਵੈ ਪੜਚੋਲ, ਆਪਣੀ ਪੜਚੋਲ ਕਰਨ ਦੀ ਲੋੜ ਹੈ। ਗੁਰੂ ਨਾਨਕ ਦਾ ਪਰਬ ਮਨਾਉਣਾ, ਜਮ ਜਮ ਮਨਾਓ, ਪਰ ਕੇਸਾ ਧਾਰੀ ਹੋ ਕੇ ਤਾਂ ਇੱਕ ਬਚਨ ਤਾਂ ਮੰਨ ਲਓ ਸੱਚੇ ਪਾਤਸ਼ਾਹ ਦਾ। ਸਤਿਗੁਰਾਂ ਨੇ ਕਿਹਾ ਸੀ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ, ਦਰਗਹਿ ਢੋਈ ਨਾਲ ਹੈ ਕਾਫਰ ਕੁੱਤਾ ਸ਼ੈਤਾਨ। ਛੋਟੀ ਜੀ ਵਿਥਿਆ ਇਤਿਹਾਸ ਦੀ ਸਾਂਝੀ ਕਰਕੇ ਮੈਂ ਆਪ ਜੀ ਦੇ ਕੋਲੋਂ ਖਿਮਾ ਮੰਗ ਲਵਾਂ। ਮਹਾਰਾਜਾ ਰਣਜੀਤ ਸਿੰਘ ਦਾ ਅੰਗਰੇਜ਼ ਸਰਕਾਰ ਵੇਲੇ ਰਾਜ ਸਮਾਪਤ ਹੋ ਜਾਂਦਾ ਹੈ। ਮਹਾਰਾਣੀ ਜਿੰਦਾਂ ਨੂੰ ਨੇਪਾਲ ਦੇ ਕਿਲੇ ਵਿੱਚ ਕੈਦ ਕੀਤਾ ਹੈ ਤੇ ਮਹਾਰਾਣੀ ਜਿੰਦਾਂ ਦਾ ਇੱਕ ਪੁੱਤਰ ਹੈ ਕੰਵਰ ਦਲੀਪ ਸਿੰਘ, ਜਿਹਨੂੰ ਲੰਡਨ ਦੀ ਬ੍ਰਿਟਿਸ਼ ਸਰਕਾਰ ਆਪਣੇ ਨਾਲ ਬਚਪਨ ਵਿੱਚ ਲੈ ਗਈ। ਮਹਾਰਾਣੀ ਨੇ ਬੜੇ ਤਰਲੇ ਲੈ ਕਿ ਮੇਰੇ ਪੁੱਤਰ ਨੂੰ ਮੇਰੇ ਨਾਲ ਮਿਲਾਇਆ ਜਾਵੇ, ਬੜੀ ਉਹਨੇ ਵਾਸਤੇ ਪਾਏ।
ਰੋ ਰੋ ਕੇ ਇਤਿਹਾਸ ਦੱਸਦਾ ਮਹਾਰਾਣੀ ਜਿੰਦਾਂ ਦੀਆਂ ਅੱਖਾਂ ਚਲੀਆਂ ਗਈਆਂ, ਅੱਖਾਂ ਦੀ ਜੋਤ ਚਲੀ ਗਈ। ਆਖਰ ਮੇਲ ਮਿਲਾਪ ਕਰਕੇ ਮਹਾਰਾਣੀ ਜਿੰਦਾਂ ਦੇ ਨਾਲ ਉਹਦੇ ਪੁੱਤਰ ਦਲੀਪ ਸਿੰਘ ਨੂੰ ਮਿਲਾਉਣ ਦਾ ਫੈਸਲਾ ਹੋਇਆ। ਕੰਵਰ ਦਲੀਪ ਸਿੰਘ ਨੂੰ ਲੰਡਨ ਤੋਂ ਕਲਕੱਤੇ ਲਿਆਂਦਾ ਗਿਆ। ਇੱਥੇ ਮਾਂ ਪੁੱਤਰਾਂ ਦਾ ਮਿਲਾਪ ਹੁੰਦਾ। ਨੇਪਾਲ ਦੇ ਰਾਜੇ ਨੇ ਕਹਿ ਦਿੱਤਾ ਸੀ ਜੇ ਮਹਾਰਾਣੀ ਜਿੰਦਾ ਹੁਣ ਚਲੀ ਗਈ ਮੈਂ ਇਹਨੂੰ ਜਿਹੜੀ ਪੈਨਸ਼ਨ ਦੇਣਾ ਇਹਦੇ ਗੁਜ਼ਾਰੇ ਵਾਸਤੇ ਉਹ ਬੰਦ ਕਰ ਦੇਵਾਂਗਾ। ਮਾਂ ਨੇ ਆਪਣੇ ਪੁੱਤਰ ਨੂੰ ਮਿਲਣ ਵਾਸਤੇ ਪੈਨਸ਼ਨ ਵੀ ਠੁਕਰਾ ਦਿੱਤੀ। ਆਖਿਆ ਏਡਾ ਵੱਡਾ ਰਾਜ ਭਾਗ ਚਲਾ ਗਿਆ, ਪੈਨਸ਼ਨ ਵੀ ਚਲੀ ਜਾਵੇਗੀ ਤੇ ਕੋਈ ਗੱਲ ਨਹੀਂ, ਮੈਂ ਆਪਣੇ ਪੁੱਤਰ ਨੂੰ ਮਿਲਣਾ। ਕਹਿੰਦੇ ਜਦੋਂ ਪੁੱਤਰ ਮਿਲਿਆ ਲੰਮੇ ਸਮੇਂ ਬਾਅਦ ਤੇ ਕੰਧ ਤੇ ਹੱਥ ਫੇਰਦੀ ਫੇਰਦੀ ਰੋਂਦੀ ਰੋਂਦੀ ਮਾਤਾ ਨੇ ਜਦੋਂ ਸਿਰ ਤੇ ਹੱਥ ਖੜਿਆ ਨਾ, ਮਹਾਰਾਣੀ ਜਿੰਦਾ ਭੁੱਬਾਂ ਮਾਰ ਕੇ ਰੋਣ ਲੱਗ ਪਈ। ਰੋ ਤਾਂ ਅੱਗੇ ਵੀ ਵਿਯੋਗ ਵਿੱਚ ਰਹੀ ਸੀ ਪਰ ਮਹਾਰਾਣੀ ਜਿੰਦਾ ਨੇ, ਕਿਉਂਕਿ ਅੱਖਾਂ ਦੀ ਜੋਤ ਜਾ ਚੁੱਕੀ ਸੀ, ਮਹਾਰਾਣੀ ਨੇ ਆਪਣੀ ਪੁੱਤਰ ਦੇ ਕੰਧ ਤੇ ਹੱਥ ਫੇਰਦਿਆਂ ਫੇਰਦਿਆਂ ਜਦੋਂ ਸਿਰ ਤੇ ਹੱਥ ਗਿਆ ਤੇ ਕਹਿੰਦੇ ਇੰਨੀਆਂ ਭੁੱਬਾਂ ਮਾਰੀਆਂ। ਕੰਵਰ ਦਲੀਪ ਸਿੰਘ ਪੁੱਛਣ ਲੱਗਾ ਮਾਂ ਤੈਨੂੰ ਕੀ ਹੋ ਗਿਆ, ਤੇ ਮਹਾਰਾਣੀ ਜਿੰਦਾ ਕਹਿਣ ਲੱਗੀ ਰਾਜ ਭਾਗ ਚਲਾ ਗਿਆ, ਪਰਵਾਹ ਨਹੀਂ, ਦੁੱਖ ਨਹੀਂ, ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਸਿੱਖੀ ਵੀ ਸਾਡੇ ਘਰ ਵਿੱਚੋਂ ਚਲੀ ਗਈ, ਤੇਰੇ ਸਿਰ ਦੀ ਦਸਤਾਰ ਵੀ ਗਵਾਚ ਗਈ। ਬੜੀਆਂ ਲਾਹਨਤਾਂ ਪਾਈਆਂ ਕੰਵਰ ਦਲੀਪ ਸਿੰਘ ਨੂੰ। ਉੱਥੇ ਇਤਿਹਾਸਕਾਰ ਲਿਖਦਾ ਕਹਿੰਦਾ ਵਿਛੜੀ ਜਿੰਦਾ ਨੂੰ ਜਦੋਂ ਦਲੀਪ ਮਿਲਿਆ ਧਾਹਾਂ ਮਾਰ ਕੇ ਰੋਈ ਮਜਬੂਰ ਮਾਤਾ, ਜੂੜਾ ਪੁੱਤ ਦੇ ਸਿਰ ਤੇ ਵੇਖ ਕੇ ਨਾ ਹੋਏ ਟੁੱਟ ਕੇ ਚੱਕਣਾ ਚੂਰ ਮਾਤਾ, ਪੁੱਤਰ ਕਿਹਾ ਮਾਤਾ ਦੇ ਪੈਰ ਫੜ ਕੇ ਮੈਨੂੰ ਕੀਤਾ ਫਰੰਗੀ ਨੇ ਦੂਰ। ਮਾਤਾ ਆਖਿਆ ਮਾਂ ਮੈਂ ਬਚਪਨ ਵਿੱਚ ਸੀ, ਮੇਰਾ ਧਰਮ ਪਰਿਵਰਤਨ ਕਰ ਦਿੱਤਾ, ਮੈਨੂੰ ਪਤਾ ਨਹੀਂ ਲੱਗਾ, ਪਰ ਮੈਂ ਹੁਣ ਤੇਰੇ ਚਰਨਾਂ 'ਚ ਵਾਅਦਾ ਕਰਦਾ ਸਮਾਂ ਮਿਲਣ 'ਤੇ ਮੈਂ ਆਪਣੇ ਸਿਰ ਦਾ ਤਾਜ ਦਸਤਾਰ ਸਿਰ 'ਤੇ ਜ਼ਰੂਰ ਰੱਖਾਂਗਾ, ਕੇਸਾਧਾਰੀ ਹੋ ਕੇ ਅੰਮ੍ਰਿਤ ਪਾਨ ਕਰਾਂਗਾ। ਸਾਧ ਸੰਗਤ ਗੁਰੂ ਨਾਨਕ ਦਾ ਇਹ ਤਾਂ ਬਚਨ ਮੰਨ ਲਈਏ ਕਿ ਅਸੀਂ ਕੇਸਾਧਾਰੀ ਹੋਈਏ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਨਾਨਕ ਦੇ ਹੋ ਕੇ ਮਨਾਈਏ, ਉਹਦਾ ਬਚਨ ਤਾਂ ਮੰਨੀਏ। ਆਓ 550 ਸਾਲਾਂ 550 ਸਾਲਾਂ ਪ੍ਰਕਾਸ਼ ਦਿਹਾੜਾ ਆਪਾਂ ਸਾਰੇ ਰਲ ਮਿਲ ਕੇ ਮਨਾਈਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿਨ ਰਾਤ ਇੱਕ ਕੀਤਾ ਹੋਇਆ, ਆਪਾਂ ਸਾਰੇ ਸਹਿਯੋਗ ਦਈਏ, ਜਿੰਨੇ ਜੋਗੇ ਹੈਗੇ ਆਪਾਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਪੂਰਾ ਸਹਿਯੋਗ ਦੇ ਕੇ ਮਨਾਈਏ। ਭੁੱਲਾਂ ਦੀ ਖਿਮਾ, ਸਾਰੀ ਸੰਗਤ ਦਾ ਧੰਨਵਾਦ। ਸਤਿਕਾਰਯੋਗ ਸਿੱਖ ਕੌਮ ਦੀ ਮਹਾਨ ਮਾਇਆ ਨਾਜ ਹਸਤੀ ਸਾਡੇ ਸਿੰਘ ਸਾਹਿਬਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬਾਨ ਗਿਆਨੀ ਜਗਤਾਰ ਸਿੰਘ ਜੀਆਂ ਦਾ ਧੰਨਵਾਦ, ਜਿਨ੍ਹਾਂ ਨੇ ਫਿਰ ਇੱਕ ਵਾਰ ਇਸ ਗਰੀਬ ਸਿੱਖ ਨੂੰ ਗੁਰੂ ਰਾਮਦਾਸ ਜੀ ਦੇ ਦਰ 'ਤੇ ਵਿਚਾਰ ਕਰਨ ਦਾ ਮੌਕਾ ਦਿੱਤਾ ਹੈ। ਕੋਟਾਨਕੋਟ ਧੰਨਵਾਦ ਸ਼੍ਰੀ ਗੁਰੂ ਰਾਮਦਾਸ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੀ। ਸਰਵਣ ਕਰੋ ਅਖੀਰਲੀਆਂ ਪੰਕਤੀਆਂ। ਕਰੀ ਨਦਰ ਸੁਆਮੀ ਸੁਖੈ ਗਾਮੀ, ਹਲਤ ਪਲਤ ਸਵਾਰਿਆ, ਬਿਨਵੰਤ ਨਾਨਕ ਨਿਤ ਨਾਮ ਜਪੀਐ, ਜਿਉ ਪਿੰਡ ਜਿਨ ਧਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।